ਕਾਤਰੀ ਗਾਲੀ ਸਾਰਿਆਂ ਨੂੰ ਮਿੱਤਰਾਂ ਦੇ ਪੋਡਕਾਸਟ ਦੇ ਇੱਕ ਹੋਰ ਐਪੀਸੋਡ 'ਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਦਾ ਐਪੀਸੋਡ ਅਸਲ 'ਚ ਦੋ ਭਾਗਾਂ 'ਚ ਵੰਡਿਆ ਹੋਊਗਾ ਕਿਉਂਕਿ ਅਸੀਂ ਬੁਲਾਉਣਾ ਸੀ ਅਮਰੀਕਾ ਤੋਂ ਆਪਣਾ ਇੱਕ ਯਾਰ ਦੋਸਤ ਨੂੰ ਜਿਹਦਾ ਟੈਕ ਚੈਨਲ ਹੈ ਟੈਕਨੋਲੋਜੀ ਬਾਰੇ ਗੱਲਾਂ ਕਰਨ ਨੂੰ ਪਰ ਉਹ ਭਾਜੀ ਹੋ ਗਏ 15-20 ਮਿੰਟ ਲੇਟ ਤੇ ਮੈਂ ਸੋਚਿਆ ਮੈਂ ਰਿਟਰੀ ਵਾਲਾ ਵਿਲੇ ਬੈਠੇ ਹੈ ਗਈਆਂ ਤੇ ਕਿਉਂ ਨਾ ਆਪਾਂ ਪੰਜਾਬ ਦੇ ਲੇਟੈਸਟ ਮੁੱਦਿਆਂ ਤੇ ਕੋਈ ਗੱਲਾਂ ਬਾਤਾਂ ਕਰ ਲਈਏ ਜਿਹੜੇ ਕੋਈ ਨਵੇਂ-ਨਵੇਂ ਮੁੱਦੇ ਆਏ ਨੇ ਜਿਵੇਂ ਕਿ ਮੁੱਸੇ ਵਾਲੇ ਭੱਜੀ ਦੇ ਘਰੇ ਖੁਸ਼ੀਆਂ ਆਈ ਉਹ ਖੁਸ਼ੀਆਂ ਚ ਪਾਗਲ ਹੋ ਕੇ ਕਰਮਿਤਾ ਨੇ ਰੌਣਕਾਂ ਲਾਈਆਂ ਨੇ ਤੇ ਹੋਰ ਵੀ ਬੜੀਆਂ ਗੱਲਾਂ ਆਪਾਂ ਕਰਾਂਗੇ ਫਿਲਮੀ ਜਗਤ ਦੀਆਂ ਤੇ ਨਾਲ ਕੁਝ ਪੰਜਾਬ ਦੇ ਮੁੱਦਿਆਂ ਦੀ ਗੱਲਾਂ ਵੀ ਸੋ ਪਹਿਲਾਂ ਮੈਂ ਕਹੂੰਗਾ ਇਟਲੀ ਵਾਲੇ ਭਾਜੀ ਨੂੰ ਤੁਹਾਨੂੰ ਸਾਰਿਆਂ ਨੂੰ ਸਾਸਤਰੀ ਕਾਲ ਬੁਲਾ ਦੇਣ ਦੋਸਤੋ ਬਾਤ ਸ਼ੁਰੂ ਕਰੀ ਅੱਜ ਅੱਜ ਦਾ ਸੀ ਪੋਡਕਾਸਟ ਅੱਜ ਭਾਜੀ ਅੱਜ ਫ੍ਰੈਸ਼ੀ ਭਾਜੀ ਮੈਂ ਸਾਸਤਰੀ ਕਾਲ ਸਾਸਤਰੀ ਕਾ ਬੁਲਾਈ ਦੇਣਾ ਯਾਰ ਸਾਰਿਆਂ ਨੂੰ ਪਿਆਰ ਭਰੀ ਸਾਸਤਰੀ ਕਾਲ ਮੇਰਾ ਦਿਲ ਸੀ ਅੱਜ ਮੈਂ ਸਾਸਤਰੀ ਕਾਲ ਨਾ ਬੁਲਾਵਾ ਤੇ ਮੈਂ ਭੰਗੜੇ ਪਾਵਾਂ ਇੱਦਾਂ ਦਾਵਾ ਮੈਂ ਭੰਗੜੇ ਪਾਂਦੇ ਮੈਂ ਨਹੀਂ ਪਾ ਸਕਦਾ ਬਈ ਮੈਂ ਚੋਟੀ ਲਾਦਨ ਦੱਸਿਆ ਨਹੀਂ ਮੈਨੂੰ ਮੋਚ ਆਈਏ ਪੈਰ ਤੇ ਮੈਂ ਨਹੀਂ ਪਾ ਸਕਦਾ ਚੱਲ ਕੋਈ ਨਹੀਂ ਤੂੰ ਤੂੰ ਕਿਸੇ ਕਿਸੇ ਪੰਗੜਾ ਪਾ ਇੱਥੇ ਮੈਂ ਬਿਠੇ ਬਿਠਾ ਪਾਦਾ ਬਿਠਾ ਬਿਠਾ ਪਾ ਨਹੀਂ ਨਹੀਂ ਉਹ ਖੁਸ਼ੀ ਖੁਸ਼ੀ ਦੀ ਗੱਲ ਤੇ ਬਾਅਦ ਚੋਣੇ ਆ ਪਹਿਲ ਤੁਸੀਂ ਸੁਣਾਓ ਸਭ ਠੀਕ ਠਾਕ ਹੈ ਵੈਦਰ ਉਦਰ ਕਿੱਦਾਂ ਹੈ ਮੀਂਹ ਛਿ ਪੈ ਰਿਹਾ ਨਹੀਂ ਮੀਂਹ ਹੁੰਦਾ ਛਿ ਕਿਉਂ ਦੱਸ ਮੀਂਹ 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 ਪੈ ਰਿਹਾ ਨਹੀਂ ਫਰਸ਼ ਭਾਈ ਰੁਕ ਗਿਆ ਮੀਂਹ ਰੁਕ ਗਿਆ ਠੰਡ ਰੁਕ ਗਈ ਹੁਣ ਗਰਮੀਆਂ ਹਲਕੇ ਹਲਕੀਆਂ ਆ ਰਹੀਆਂ ਨੇ ਠੀਕ ਸਾਡੇ ਵੀ ਖਾਓ ਗਰਮੀ ਆ ਗਈ ਭਾਈ ਤੇ ਗਰਮੀ ਦੇ ਨਾਲ ਨਾਲ ਇੱਕ ਗਿੱਪੀ ਗਰੇ ਦੇ ਫਿਲਮ ਵੀ ਆ ਗਈ ਹੈ ਫਿਲਮ ਦੇਖੀ ਮੇਰੇ ਭਰਾ ਨੇ ਜੱਟ ਨੂੰ ਚੜੇਲ ਟੱਕਰੀ ਕਹਿੰਦੇ ਸ਼ਰਗੁਣ ਮਹਿਤਾ ਵੀ ਚੜੇਲ ਬਣ ਕੇ ਆਈ ਹੈ ਫਿਲਮ ਚ ਫਿਲਮ ਦੇਖੀ ਮੇਰੇ ਭਰਾ ਨੇ ਕੋਈ ਪਹਿਲਾਂ ਹੀ ਦੇਖ ਲੈਂਦਾ ਮੇਰਾ ਭਰਾ ਉਹ ਵੈਬਸਾਈਟ ਜੀ ਤੋਂ ਦੇਖੀ ਕਿ ਨਹੀਂ ਦੇਖੀ ਐ ਨਹੀਂ ਫਰੇਖੀ ਭਾਈ ਪਹਿਲੇ ਨਹੀਂ ਵੇਖੀ ਐਤ ਕਿਹਦੀ ਵੇਖੀ ਕਿਉਂ ਨਹੀਂ ਦੇਖੀ ਭਾਈ ਗਿੱਪੀ ਗਰੇ ਵਾਲ ਭਾਜੀ ਦੀ ਫਿਲਮ ਨਹੀਂ ਦੇਖੀ ਯਾਰ ਤੁਸੀਂ ਆਦਿ ਕੀ ਰੀਜ਼ਨ ਹੈ ਕਿਉਂ ਨਹੀਂ ਦੇਖੀ ਯਾਰ ਕਿਉਂਕਿ ਕਮੇਡੀਆਂ ਮੈਨੂੰ ਕਮੇਡੀ ਫਿਲਮਾਂ ਇੰਨੀਆਂ ਖਾਸ ਨਹੀਂ ਲੱਗਦੀਆਂ ਇਸ ਕਰਕੇ ਕੁਝ ਕੁ ਲਗਦੀਆਂ ਨੇ ਜਿੱਚ ਥੋੜੀ ਜਿਹੀ ਬਹੁਤੀ ਕਨਸੈਪਟ ਹੋਵੇ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਵੇਖਣ ਵਾਲੀ ਫਿਲਮ ਹੈ ਪਰ ਹਾਂ ਮੈਂ ਰਿਵਿਊ ਵੇਖੇ ਨੇ ਰਿਵਿਊ ਵੇਖੇ ਬੜੇ ਘੈਂਟ ਰਿਵਿਊ ਨੇ ਸਾਰੇ ਕਹਿੰਦੇ ਨੇ ਇਹ ਫਿਲਮ ਬਹੁਤ ਸੋਹਣੀ ਹੈ ਫਿਲਮ ਚ ਹਾਸਾ ਬੜਾ ਹੈ ਨਵੇਂ-ਨਵੇਂ ਪੰਚ ਨੇ ਤੇ ਕਹਿ ਰਹੇ ਨੇ ਕਿ ਗਿੱਪੀ ਘਰੇਵਾਲ ਨੇ ਬਹੁਤ ਹੀ ਬਕਵਾਸ ਐਕਟਿੰਗ ਕੀਤੀ ਹੈ ਸੱਚੀ ਗੱਲ ਹੈ ਮੈਂ ਕੀ ਕਹੇ ਮੈਂ ਤਾਂ ਕਹਿਣਗੇ ਬਹੁਤ ਹੀ ਬਾ ਕਮਾਲ ਐਕਟਿੰਗ ਕੀਤੀ ਹੈ ਨਹੀਂ 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 ਉਹ ਕਹਿੰਦੇ ਸਰਗਣ ਮੱਤਾ ਤੇ ਉਹ ਨਾਲ ਇੱਕ ਕੁੜੀ ਕਿਹੜੀ ਹੈ ਸ਼ਰਗੋਂ ਤੇ ਪਤਾ ਭਾਈ ਮੈਂ ਤਾਂ ਨਹੀਂ ਕਦੇ ਰੂਪੀ ਗੇਲ ਰੂਪੀ ਗੇਲ ਮੇਰਾ ਖਿਆਲ ਰੂਪੀ ਗੇਲ ਰੂਪੀ ਗੇਲ ਹਾਂ ਕਹਿੰਦੇ ਕਿੱਦਾਂ ਪ੍ਰਧਾਨ ਵਾਲੀ ਹਾਂ ਕਿੱਦਾਂ ਪ੍ਰਧਾਨ ਵਾਲੀ ਕਹਿੰਦੇ ਆ ਦੋ ਕੁੜੀਆਂ ਨੇ ਐਕਟਿੰਗ ਬੁੱਕ ਹੈਂਡ ਕੀਤੀ ਐ ਪਰ ਗਿੱਪੀ ਗਰੇਵਾਲ ਓਵਰ ਐਕਟਿੰਗ ਕਰ ਗਿਆ ਇਹਦੀ ਜਗ੍ਹਾ ਤੇ ਕੋਈ ਹੋਰ ਐਕਟਰ ਹੋਣਾ ਚਾਹੀਦਾ ਵੈਸੇ ਵੀ ਨਾ ਇੱਕ ਕਮੇਟੀ ਕਰਨ ਦੀ ਉਮਰ ਹੁੰਦੀ ਯਾਰ ਫੇਸ ਤੇ ਨਾ ਐਕਸਪ੍ਰੈਸ਼ਨ ਟੋੜੇ ਉਮਰ ਦੇ ਹਿਸਾਬ ਨਾਲ ਹੀ ਸੋਹਣੇ ਲੱਗਦੇ ਨੇ ਸਮਝਿਆ ਗੱਲ ਤੇ ਹੋ ਸਕਦਾ ਗਿੱਪੀ ਹਾਂ ਮੈਨੂੰ ਵੀ ਥੋੜਾ ਜਿਹਾ ਗਿੱਪੀ ਨਾ ਕਈ ਵਾਰੀ ਕਮੇਡੀ ਇਹ ਐ ਐ ਲੱਗਦਾ ਹੁੰਦਾ ਵੀ ਜਦੋਂ ੱਟਕੇ ਨਾਲ ਪੰਚ ਜਿਆ ਵਾਰ ਰਹੇ ੱਟਕੇ ਨਾਲ ਹੱਸਣ ਦੀ ਕੋਸ਼ਿਸ਼ ਕਰ ਰਿਹਾ ਤੇ ਚਲੋ ਕੋਈ ਨਹੀਂ ਪਰ ਫਿਲਮ ਨੇ ਹਾਂ 2 ਕਰੋੜ ਕਮਾ ਲਏ ਨੇ ਫ੍ਰੈਸ਼ ਭਾਜੀ 2 ਦਿਨਾਂ ਚ ਅੱਜ ਐਤਵਾਰੇ ਤੇ ਹੁਣ ਤੱਕ 2 ਦਿਨਾਂ ਚ ਫਿਲਮ ਨੇ 2 ਕਰੋੜ ਕਮਾ ਲਏ ਨੇ ਇਹ ਖੁਸ਼ੀ ਦੀ ਗੱਲ ਹੈ ਜੀ ਸ਼ਰਗੁਨ ਮਹਿਤਾ ਨੇ ਪੈਸੇ ਲਾਇਆ ਸੀ ਆਪਣੇ ਮੱਕੀ ਸ਼ਾਇਦ ਉਹਦੇ ਪੂਰੇ ਹੋ ਜਾਣ ਪਹਿਲੀ ਵਾਰੀ ਪ੍ਰੋਡਿਊਸਰ ਬਣੀ ਹੈ ਉਹ ਅੱਛਾ ਜੀ ਤੇ ਉਹਨੇ ਪੈਸੇ ਲਾਏ ਨੇ ਤੇ ਆਹੋ ਸ਼ਾਇਦ ਮੈਂ ਕਹਾਂ ਫਿਰ ਲੱਗ ਰਹੇ ਨੇ ਕਿ ਪੂਰੇ ਹੋ ਜਾਣਗੇ ਸ਼ਰਗੁਨ ਮਹਿਤਾ ਕੋਲ ਇੰਨੇ ਪੈਸੇ ਆਏ ਨੇ ਵਧੀਆ ਆ ਜਾਂਦਾ ਨੇ ਯਾਰ ਐਕਟਰਾਂ ਕੋ ਐਕਟਰਾਂ ਕੋ ਵਧੀਆ ਪੈਸਾ ਆ ਜਾਂਦਾ ਯਾਰ ਅੱਜ ਕੱਲ ਤਾਂ ਤੁਹਾਨੂੰ ਪਤਾ ਬੱਚੋ ਪੈਸਾ ਵਧੀਆ ਵਧੀਆ ਆ ਜਾਂਦਾ ਹੈ ਫਿਰ ਜੇ ਕੁਝ ਕੰਮ ਨਾ ਬਣੇ ਤਾਂ ਬਸ ਟਿਕਟਾਂ ਟੁਕਟਾਂ ਤੇ ਮੇਲੀ ਜਾਂਦੀਆਂ ਨੇ ਬੜਾ ਕੁਝ ਐਕਟਰਾਂ ਕੋਲ ਯਾਰ ਅੱਜ ਕੱਲ ਯਾਰ ਫੋਨ ਕਿੱਥੇ ਮੇਰਾ ਇੱਕ ਮਿੰਟ ਮੈਂ ਭਾਜੀ ਨੂੰ ਫੋਨ ਮਿਲਾਵਾ ਹੈਲੋ ਗੋਲਦੀ ਭਾਜੀ ਨੂੰ ਯਾਰ ਦੱਸਣਾ ਪੈਂਦਾ ਹੈ ਨਾ ਕਿਤੇ ਕੋਈ ਫਰੋਤੀ ਮੰਗਣੀ ਅਗਲੇ ਓ ਸੋਰੀ ਸੋਰੀ ਗੋਲਦੀ ਭਾਜੀ ਮੈਂ ਵਿਚੋਲਾ ਮਾਰ ਬੈਠਾ ਤੇ ਫਰਜੀ ਭਾਜੀ ਕਹਿੰਦੇ ਨੇ ਆਪਣੇ ਹਾਂ ਸਤੂ ਮੂਸੇ ਵਾਲੇ ਤੇ ਯਾਰ ਆਈ ਆਪਣਾ ਉਹਦਾ ਡੈਡੀ ਜੀ ਫਿਰ ਡੈਡੀ ਬਣ ਗਏ ਨੇ ਸੋਰੀ ਹਾਂ ਅੱਜ ਮੈਨੂੰ ਖੁਸ਼ੀ ਹੈ ਤੇ ਮੈਂ ਹਾਸੇ ਚ ਹਾਸਾ ਪਾਈ ਦਵਾ ਮੜ ਗਿਆ ਗੁੱਸਾ ਨਾ ਕਰਿਓ ਯਾਰ ਅੱਜ ਕੋਈ ਇੱਕ ਗੱਲ ਦਾ ਹਾਂ ਬਿਲਕੁਲ ਭਾਈ ਵੈਸੇ ਤਾਂ 3-4 ਦਿਨ ਦੀ ਖਬਰ ਆ ਰਹੀ ਲੋਕੀ ਨਟ ਤੇ ਪਾ ਰਹੇ ਸੀਗੇ ਕਿ ਵਧਾਈਆਂ ਖੁਸ਼ੀਆਂ ਆ ਗਈਆਂ ਉਹਨਾਂ ਕਰੇ ਪਰ ਅੱਜ ਉਹਨਾਂ ਨੇ ਆਪਣੇ ਚੈਨਲ ਤੇ ਪਾ ਕੇ ਰਿਵੀਲ ਕਰਤਾ ਹੈ ਕਿ ਸਾਰੇ ਚੋਣ ਵਾਲਿਆਂ ਨੂੰ ਬਹੁ ਬਹੁ ਵਧਾਈ ਹੋਵੇ ਕਿ ਸ਼ੋਭਦੀਪ ਦਾ ਛੋਟਾ ਭਰਾ ਇਸ ਦੁਨੀਆ ਤੇ ਆ ਗਿਆ ਹੈ ਤੁਸੀਂ ਇਹ ਚੀਜ਼ ਨੂੰ ਕਿੱਦਾਂ ਦੇਖਦੇ ਹੋ ਬਹੁਤ ਅੱਛੀ ਤਰ੍ਹਾਂ ਵੇਖੀਦਾ ਇਸ ਚੀਜ਼ ਨੂੰ ਕੋਈ ਮਾੜੀ ਨਿਗਾਹ ਨਾਲ ਨਹੀਂ ਦੇਖੀਦਾ ਨਹੀਂ ਨਹੀਂ ਉਸ ਤੋਂ ਨਹੀਂ ਕਹਿ ਰਿਹਾ ਨਹੀਂ ਕਈਆਂ ਦੇ ਭਾਈ ਜਿਦਾ ਕਈ ਮੀਮ ਪੇਜ ਨਾ ਕਮੈਂਟ ਵੀ ਕਰ ਰਹੇ ਸੀ ਨਾ ਬੜੇ ਮੀਮ ਵੀ ਬਣਾ ਰਹੇ ਸੀ ਥੋੜੀ ਜਿਹਾ ਪਹਿਲਾਂ ਕਿਸੇ ਦੂ ਮੁੱਛਿਆ ਵਾਲਾ ਦੁਬਾਰਾ ਇੱਕ ਰੀ-ਐਂਟਰੀ ਕਰ ਰਿਹਾ ਹੈ ਜਾਂ ਮਲਕੀ ਸਮਝਦੇ ਹੋ ਤੁਸੀਂ ਉਛਦਾਈ ਨੇ ਲੋਕ ਜਿਹੜੇ ਦਾ ਮਜ਼ਾਕ ਉਡਾਉਂਦੇ ਨੇ ਅਸੀਂ ਸਾਨੂੰ ਤਾਂ ਖੁਸ਼ੀ ਹੈ ਅਸੀਂ ਖੁਸ਼ੀਆਂ ਕਿ ਇਹ ਗੱਲਾਂ ਪਤਾ ਕਰ ਰਹੇ ਕੋ ਮਜ਼ਾਕ 'ਚ ਨਹੀਂ ਡਾ ਰਹੇ ਜਦੋਂ ਮੈਂ ਪਹਿਲੀ ਵਾਰੀ ਖਬਰ ਸੁਣੀ ਨਾ ਮੈਨੂੰ ਲੱਗਾ ਕਿ ਯਾਰ ਇਹ ਨਾ ਮਲਕੀ ਯਾਰ ਕੀ ਜੋ ਮਕੀ ਉਮ ਕਿ ਤੈਨੂੰ ਨਹੀਂ ਪਤਾ ਜਿਹੜੀ ਸਾਬ ਨਾਲ ਉਹਨਾਂ ਨੂੰ 10-15 ਸਾਲ ਦੀ ਉਮਰ ਬਚੀ ਐ ਉਹਨਾਂ ਦੇ ਲਾਗੇ ਸ਼ਾਕੇ ਸਰਕਲ ਦੇ ਲੋਕ ਇਦਾਂ ਜੁੜ ਜਾਣਾ ਸੀ ਜਿਹੜੇ ਉਹਨਾਂ ਨੂੰ ਖਾਸ ਬਣ ਕੇ ਆਪਣੇ ਲਾਗੇ ਦਿਖਾਉਂਦੇ ਤੇ ਬਾਅਦ ਵਿੱਚ ਉਹਨਾਂ ਦੇ ਅੰਦਰੋਂ ਅੰਦਰੀ ਬਸ ਇੱਕੋ ਗੱਲ ਹੁੰਦੀ ਕਿ ਕਦੋਂ ਰੱਬ ਨਾ ਕਰੇ ਇਹਨਾਂ ਦਾ ਕੁਝ ਹੋਵੇ ਤੇ ਇਹ ਸਾਰਾ ਕੁਝ ਸਾਡੇ ਕੋਲ ਆਵੇ ਤੇ ਹੁਣ ਉਹਨਾਂ ਦੇ ਆਪਣੇ ਪਰਿਵਾਰ ਦਾ ਜੀ ਹੈ ਆਪਣਾ ਖੂਨ ਹੈ ਤੇ ਮਲਕੀ ਸਾਰਾ ਵੰਸ਼ਾ ਜੀ ਹੈ ਪ੍ਰਾਪਰਟੀ ਦਾ ਹਾਂ ਤੇ ਵਧੀਆ ਗੱਲ ਹੈ ਖੁਸ਼ੀ ਦੀ ਅਗਲੇ ਆਪਣਾ ਮਲਕੀ ਚਲੋ ਇਕੱਲੇ ਰਹਿ ਗਏ ਸੀਗੇ ਤੇ ਹੁਣ ਕਿਸ ਉਹਨਾਂ ਕੋ ਜਿਉਣ ਦੀ ਇੱਕ ਵਜ੍ਹਾ ਹੈਗੀ ਆਪਣੇ ਕੋਲ ਠੀਕ ਫਰੈਸ਼ ਭਾਜੀ ਤੁਸੀਂ ਵੇਖਿਆ ਸਿੱਧੂ ਮੂਸੇ ਵਾਲੇ ਦਾ ਡੈਡੀ ਆਪਣੇ ਬੱਚੇ ਨੂੰ ਗੁੜਤੀ ਦੇ ਰਿਹਾ ਸੀ ਪਤਾ ਵੇਖਿਆ ਨਹੀਂ ਮੈਂ ਨਹੀਂ ਮੈਂ ਨਹੀਂ ਦੇਖਿਆ ਤੂੰ ਢੂੜੀ ਵੇਖੀ ਯਾਰ ਇਹ ਡੀ ਇੰਪੋਰਟੈਂਟ ਸੀ ਨਹੀਂ ਤੂੰ ਵੇਖਿਆ ਸਿੱਧੂ ਮੂਸੇ ਵਾਲੇ ਦਾ ਡੈਡੀ ਆਪਣੇ ਹੋਣ ਵਾਲੇ ਨਵੇਂ ਮੁੰਡੇ ਨੂੰ ਜਿਹੜਾ ਨਵਾਂ ਬੱਚਾ ਹੋਇਆ ਉਹਨੂੰ ਗੁੜਤੀ ਦੇ ਰਿਹਾ ਸੀ ਤੇ ਇਹ ਗੱਲ ਮੈਂ ਪਤਾ ਕਾ ਤੂੰ ਕਹਿਣਾ ਚਾਹ ਰਿਹਾ ਐ ਤੂੰ ਕੁਝ ਸਿੱਖੋ ਜਿਹੜੇ ਲੋਕੀ ਜਾਂਦੇ ਨਹੀਂ ਸਮਾਜ ਸੇਵੀਆਂ ਕੋਲ ਗੁੜਤੀਆਂ ਦਵਾਨ ਐ ਵੇਖੋ ਸਿੱਧੂ ਮੂਸੇਵਾਲੇ ਦੇ ਡੈਡੀ ਨੇ ਆਪਣੇ ਬੱਚੇ ਨੂੰ ਖੁਦ ਦਿੱਤੀ ਗੁੜਤੀ ਕਿੰਨੀ ਚੰਗੀ ਗੱਲ ਹੈ ਇੱਕ ਪਿਓ ਦਾ ਹੀ ਅਧਿਕਾਰ ਹੁੰਦਾ ਆਪਣੇ ਬੱਚੇ ਤੇ ਤੇ ਉਹ ਲੋਕੀ ਜਾਂਦੇ ਨੇ ਸਮਾਜ ਸੇਵੀਆਂ ਕੋਲੋਂ ਸਾਡੇ ਬੱਚੇ ਨੂੰ ਗੁੜਤੀ ਦੇ ਦੋ ਸਮਾਜ ਸੇਵੀਆਂ ਤੇ ਸੀਪੋ ترਸੀਮ ਜੱਛੜੀ ਥੋੜੀ ਜਿਹੀ ਲਾ ਗਿਆ ਆਪਣੇ ਗਾਣੇ ਚ ਕਹਿੰਦਾ ਕਈ ਬਣਦੇ ਸਮਾਜ ਸੇਵੀ ਟਿਕਟਾਂ ਦੇ ਲਈ ਹੈ ਉਹ ਭਾਜੀ ਕਿੰਨੂੰ ਲਈਏ ਗੱਲ ਉਹਨੇ ਕਿਉਂਕਿ ਜਦੋਂ ਮੈਂ ਆਪਣੀ ਵੀਡੀਓ ਚ ਪਹਿਲੀ ਵਾਰ ਗੱਲ ਕੀਤੀ ਸੀ ਮੈਂ ਅਨਮੋਲ ਕਾਤਰਾ ਹੀ ਸੋਚਿਆ ਸੀ ਪਰ ਕਈ ਲੋਕੀ ਕੋਚ ਕਹਿ ਰਹੇ ਸੀ ਕਿ ਲੱਖੇ ਭਾਜੀ ਨੂੰ ਵੀ ਗੱਲ ਥੋੜੀ ਬਥੀ ਲਾਤੀ ਉਹਨੇ ਤੇ ਤੁਹਾਨੂੰ ਕੀ ਲੱਗਦਾ ਵੈਸੇ ਕਿਤੇ ਮੇਨ ਟਾਰਗੇਟ ਹੈ ਲੱਖਾ ਸਮਾਜ ਸੇਵੀ ਹੈ ਪਤਾ ਨਹੀਂ ਪਰ ਲੋਕੀ ਕਮੈਂਟਾਂ ਚ ਕਹਿ ਰਹੇ ਮੈਂ ਆਪਣੀ ਗੱਲ ਨਹੀਂ ਕਹਿ ਰਿਹਾ ਅੱਛਾ ਮੈਨੂੰ ਤਾਂ ਲੱਗਦਾ ਅਨਮੋਲ ਕਾਤਰਾ ਨੂੰ ਗੱਲ ਹੈ ਮੈਨੂੰ ਤਾਂ ਲੱਗਦਾ ਉਹ ਹਾਂ ਵਿਚਾਰਾ ਨੇ ਮੋਲ ਨਹੀਂ ਮੈਰੀ ਮੇਰੀ ਵੀ ਇੱਕ ਵਾਰੀ ਨੇ ਮੋਲ ਪਾਜੀ ਨਾਲ ਗੱਲਬਾਤ ਹੋਈ ਸੀ ਤੇ ਮੈਂ ਵੀ ਉਹਨਾਂ ਨੂੰ ਇਹੀ ਕਿਹਾ ਸੀ ਮੈਂ ਕਿਹਾ ਨੇ ਮੋਲ ਪਾਜੀ ਤੁਸੀਂ ਪਰ ਪਤਾ ਨਹੀਂ ਯਾਰ ਮੈਨੂੰ ਇਹ ਗੱਲ ਕਰਨੀ ਚਾਹੀਦੀ ਸਾਡੀ ਪਰਸਨਲ ਗੱਲਬਾਤ ਹੋਈ ਸੀ ਕਰ ਲੈਣੀ ਚਾਹੀਦੀ ਕਿ ਫਰਸ਼ ਪਾਜੀ ਕਿ ਨਹੀਂ ਚਾ ਕੋਈ ਨਹੀਂ ਪਬਲਿਕ ਚੇਹਰਾ ਆਇਓ ਪਬਲਿਕ ਚੇਹਰਾ ਹੈ ਨਾਲੇ ਅਸੀਂ ਗੜਾ ਉਹਦੀ ਮਾੜੀ ਗੱਲ ਕਰਨ ਲੱਗੇ ਆ ਵੈਸੇ ਮੈਂ ਇੱਕ ਵਾਰੀ ਕਿਹਾ ਸੀ ਪਾਜੀ ਨੂੰ ਅਡਮੋਲ ਨੂੰ ਮੈਂ ਕਿਹਾ ਸੀ ਕਿ ਪਾਜੀ ਜੇ ਤੁਸੀਂ ਮੰਨ ਲਓ ਸਿਆਸਤ ਚ ਗਏ ਨਾ ਭਾਵੇਂ ਤੁਸੀਂ ਫਿਲਮਾਂ 'ਚ ਵੀ ਕਾਮਯਾਬ ਹੋ ਗਏ ਤੁਸੀਂ ਸਿੰਗਰ ਵੀ ਬਣ ਗਏ ਪਰ ਤੁਹਾਡੇ ਨਾਲ ਇਹ ਸਾਰੀ ਉਮਰ ਲੰਮਾ ਰਹਿਣਾ ਹੀ ਰਹਿਣਾ ਕਿ ਇਹ ਬੰਦਾ ਨਾ ਗਰੀਬਾਂ ਦੇ ਇਮੋਸ਼ਨ ਦਿਖਾ ਕੇ ਅੱਗੇ ਆਇਆ ਹੈ ਮੈਂ ਕਹਾਂ ਇਸ ਤੋਂ ਵਧੀਆ ਕਿ ਇਹਨੂੰ ਐਜ਼ ਅ ਬਿਜ਼ਨਸ ਲਵ ਲੋਕਾਂ ਨੂੰ ਕਹੋ ਕਿ ਮੈਂ ਇਹ ਮੇਰਾ ਕੰਮ ਹੈ ਮੈਂ ਮੈਂ ਬੇਰੁਜ਼ਗਾਰ ਸੀ ਹੋਰ ਤੁਸੀਂ ਦੱਸੋ ਕੀ ਮੈਂ ਨਸ਼ੇ ਕਰਾਂ ਤੁਸੀਂ ਚਾਹੁੰਦੇ ਕਿ ਮੈਂ ਨਸ਼ੇ ਕਰਾਂ ਇਸ ਤੋਂ ਵਧੀਆ ਕਿ ਠੀਕ ਹੈ ਮੈਂ ਕਿਸੇ ਗਰੀਬ ਦਾ ਭਲਾ ਕਰ ਦਿੰਨਾ ਥੋੜੇ ਬੱਤੇ ਉਹਨੂੰ ਦੇਣਾ ਥੋੜੇ ਬੱਤੇ ਆਪਣੇ ਜੀਬ 'ਚ ਪਾ ਲੈਣਾ ਕਿਉਂਕਿ ਸਾਨੂੰ ਵੀ ਤੇਹੀ ਵੀ ਤੇ ਭੱਜੀ ਢੱਠੀ ਦੇਣਾ ਮੈਂ ਉਹਨਾਂ ਨੂੰ ਕਹੀ ਮੇਰੇ ਭਾਈ ਦੇ ਹਾਂ ਮੈਂ ਉਹਨਾਂ ਨੂੰ ਇਹ ਵੀ ਕਹੀ ਮੈਂ ਕਿ ਤੁਸੀਂ ਵੈਬਸਾਈਟ ਬਣਾਓ ਤੇ ਆਪਣਾ ਸਾਰਾ ਪਾਇਆ ਕਰੋ ਕਿੱਥੋਂ ਪੈਸੇ ਆਏ ਕਿੱਥੇ ਲਾਏ ਪਰ ਮੈਂ ਤੇ ਵੱਡੇ ਛੋਟੇ ਭਰਾ ਤਰ੍ਹਾਂ ਦੱਸਿਆ ਪਰ ਨਹੀਂ ਹੋਣੀ ਗੱਲ ਨੂੰ ਮੈਂ ਕਹਿੰਦੇ ਹਾਂ ਨਹੀਂ ਯਾਰ ਐਦਾਂ ਫਿਰ ਮੈਂ ਕਿਨੂੰ ਕਿਨੂੰ ਸਫਾਈਆਂ ਦਿੰਦਾ ਰਵਾਂਗਾ ਮੈਂ ਕਹਿੰਦਾ ਜੇ ਸਫਾਈਆਂ ਪੰਜਾਬ ਦੇ ਪੰਜਾਬੀਆਂ ਨੂੰ ਤੁਸੀਂ ਸਫਾਈ ਦੇਣੀ ਹੈ ਆਓ ਤੁਸੀਂ ਵੀਡੀਓ ਤੇ ਪਾ ਕੇ ਉਸ ਵੇਲੇ ਕਹਿ ਦਿੰਦੇ ਹੋ ਕਿ ਜਦੋਂ ਕਿ ਡੋਨੇਸ਼ਨ ਨਹੀਂ ਕਰਦਾ ਕਿ ਮੈਂ ਕੱਲ ਦੀ ਵੀਡੀਓ ਪਾਈ ਸੀ ਤੇ ਆਹ ਦੇਖ ਲਓ ਆਪਣੇ ਲੋਕ ਇਹ ਵੀਡੀਓ ਸ਼ੇਅਰ ਨਹੀਂ ਕਰਦੇ ਤੇ ਉਹਨਾਂ ਲੋਕਾਂ ਨੂੰ ਤੁਸੀਂ ਕਹਿ ਸਕਦੇ ਹੋ ਅਕਾਊਂਟੈਂਟ ਠਰਾ ਸਕਦੇ ਹੋ ਕਿ ਭਰਾਵਾ ਤੁਸੀਂ ਨਹੀਂ ਸ਼ੇਅਰ ਕਰਦੇ ਤੁਸੀਂ ਇੱਥੇ ਡੋਨੇਸ਼ਨ ਹੀ ਦਿੱਤੀ ਤੇ ਉਹਨਾਂ ਨੂੰ ਤੁਸੀਂ ਪਾਰਦਰਸ਼ੀ ਰੱਖੋਣਾ ਕਿ ਯਾਰ ਅੱਬ ਤੋ ਤੁਹਾਡੀ ਡੋਨੇਸ਼ਨ ਕਿੱਥੇ ਕਿੱਥੇ ਲੱਗ ਰਹੀ ਹੈ ਜਿੱਥੇ ਜਿਹੜੀ ਤੁਸੀਂ ਦਿੱਤੀ ਹੈ ਚਲੋ ਛੱਡੋ ਅਨਮੋਲ ਨੂੰ ਟਿਕਟ ਮਿਲੀ ਤੇ ਨਹੀਂ ਮਿਲੀ ਉਹ ਤਾਂ ਨਹੀਂ ਪਤਾ ਪਰ ਕਰਮਜੀਤ ਅਨਮੋਲ ਨੂੰ ਮਿਲ ਗਈ ਹੈ ਭਾਜੀ ਹਾਂ ਹਨਾ ਹਾਂ ਤੇ ਲੋਕੀ ਨਟ ਤੇ ਇਹ ਕਹਿ ਰਹੇ ਨੇ ਕਿ ਅਜੇ ਤਾਂ ਇੱਕ ਭੰਡ ਤੋਂ ਦੁਖੀ ਸੀ ਆਪਾਂ ਮਤਲਬ ਕਿ ਭੰਡ ਗਲਤ ਵੇਚ ਨਹੀਂ ਕਹਿ ਰਿਆ ਕਮੇਡੀਅਨ ਦੇ ਵਿੱਚ ਕਹਿ ਰਿਆ ਤੇ ਹੁਣ ਕਹਿੰਦੇ ਆਪਣਾ ਇੱਕ ਯਾਰ ਵੀ ਬੁਲਾ ਲਿਆ ਆ ਨੇ ਕਿ ਕਰਮਜੀਤ ਮੈਂ ਜਿੰਨੇ ਕਮੈਂਟ ਵੇਖੇ ਨੇ ਨਾ ਸੋਸ਼ਲ ਮੀਡੀਆ ਤੇ ਇੱਕ ਬੰਦੇ ਨੇ ਨਹੀਂ ਕਰਮਜੀਤ ਅਨਮੋਲ ਨੂੰ ਕਿਹਾ ਵੀ ਬਹੁਤ ਵਧੀਆ ਆ ਭਾਜੀ ਸਿਆਸਤ ਚ ਆ ਗਏ ਨੇ ਸਾਰਿਆਂ ਨੇ ਗਾਲਾਂ ਹੀ ਕੱਢਿਆ ਨੇ ਮੈਂ ਇੱਕ ਸਪੋਰਟ ਸਪੋਰਟ ਨਹੀਂ ਵੇਖੀ ਇਹਦੀ ਕਰਮਜੀਤ ਅਨਮੋਲ ਦੀ ਸਾਰੇ ਗਾਲੇ ਕੱਢਦੇ ਪਏ ਨੇ ਵੀ ਤੂੰ ਕਿੱਥੇ ਆ ਗਿਆ ਤੂੰ ਵੀ ਲੋਕਾਂ ਕੋਲ ਗਾਲਾਂ ਖਾਏਗਾ ਸਾਰੇ ਪਹਿਲਾਂ ਇਦਾਂ ਹੀ ਮਿੱਠਾ ਚੋਰਨ ਦਿੰਦੇ ਹੁੰਦੇ ਨੇ ਮੁੜ ਕੇ ਕੋਈ ਨਹੀਂ ਵੜਦਾ ਕੋਗੀ ਵਾਲਾ ਕੰਮ ਕਿੰਨੇ ਵੀ ਲਿਖਿਆ ਸੀ ਕਿ ਤੇਰੇ ਨਾਲ ਵੀ ਕੋਗੀ ਵਾਲੀ ਹੋਣੀ ਜਿਹਦਾ ਕੋਗੀ ਨਾ ਬਟਾਲੇ ਚ ਹੋਈ ਸੀ ਏ ਯਾਰ ਕਿੱਥੇ ਐਵੇਂ ਯਾਰ ਨਾ ਇਹ ਕਰਮਜੀਤ ਭਾਜੀ ਤੁਹਾਨੂੰ ਪਤਾ ਤੇ ਆਇਆ ਯਾਰ ਕੀ ਐਵੇਂ ਝੂਠ ਹੀ ਬੋਲਦੇ ਰਹਿੰਦੇ ਯਾਰ ਆ ਕੇ ਮੈਂ ਪਿਛਲੇ 2 ਸਾਲਾਂ ਤੋਂ ਕੰਮ ਵੇਖਿਆ ਆਮ ਆਦਮੀ ਪਾਰਟੀ ਦਾ ਭਗਵੰਦ ਮਾਨ ਭਾਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਮੈਨੂੰ ਤਾਂ ਪਤਾ ਵੀ ਨਹੀਂ ਸੀ ਉਹਨਾਂ ਨੇ ਟਿਕਟ ਦੇਦਾਂ ਨਹੀਂ ਮੈਨੂੰ ਤਾਂ ਸਵੇਰੇ ਫੋਨ ਆਇਆ ਕਹਿੰਦੇ ਵੀ ਤੂੰ ਚੋਲ ਲੜ ਤੇ ਮੈਂ ਕਿਹਾ ਭਾਜੀ ਅੱਡੀ ਤਗੜੀ ਜ਼ਿੰਮੇਵਾਰੀ ਹਾਂ ਹਾਂ ਉਹ ਕਹਿੰਦੇ ਨਹੀਂ ਤੈਨੂੰ ਹੀ ਲੜਨੀ ਪੈਣੀ ਵੀ ਜਾ ਕੇ ਉਹ ਚਵਲਾ ਮਰਦੇ ਏ ਤੁਸੀਂ ਜਾ ਕੇ ਗੋਡੇ ਫੜਦੇ ਅਗਲੇ ਬੰਦੇ ਦੇ ਲੱਤਾਂ 'ਚ ਬਹਿ ਜਾਂਦੇ ਹੋ ਭਾਜੀ ਸਾਨੂੰ ਟਿਕਟ ਦੋ ਤੇ ਬਾਅਦ 'ਚ ਬੜੇ ਮੈਨੂੰ ਫ ਇਹ ਇਹ ਗੱਲ ਤੇ ਡੰਗਾਈਆਂ ਵਾਲ ਨਹੀਂ ਜਾਂਦੇ ਅਸੀਂ ਨਾ ਅਗਲਾ ਮੁੱਦੇ ਵੱਲ ਚਲੀਏ ਫਰੈਸ਼ੀ ਭਾਜੀ ਤੁਹਾਨੂੰ ਪਤਾ ਤੁਹਾਡੇ ਭਰਾ ਦਾ ਟਵਿੱਟਰ ਅਕਾਊਂਟ ਡਾਅ ਦਿੱਤਾ ਮੈਂ ਕੀਤਾ ਸੀ ਅਫਸੋਸ ਪਰਸੋਂ ਮੈਨੂੰ ਮੇਲ ਆਈ ਸੀ ਤੁਹਾਡੀ ਮੇਲ ਮੇਰੇ ਕੋਲ ਜਲਦੀ ਮੈਨੂੰ ਮੇਲ ਆਈ ਸੀ ਭਰਾ ਦਾ ਤੁਹਾਡੀ ਮੈਂ ਹੀ ਦੱਸਿਆ ਸੀ ਫਰੈਸ਼ੀ ਭਾਜੀ ਨੇ ਮੈਨੂੰ ਦੱਸਿਆ ਕਿ ਭਾਜੀ ਤੁਹਾਨੂੰ ਹੀ ਨਾ ਇੰਡੀਆ ਦੇ ਵਿੱਚ ਬੈਨ ਹੋ ਗਏ ਉਹ ਟਵਿੱਟਰ ਤੇ ਮੈਂ ਕਿਹਾ ਹੈ ਐਸਾ ਮੈਂ ਕੀ ਗੁਨਾਹ ਕਰ ਦਿੱਤਾ ਇਹਨੇ ਭਾਜੀ ਤੁਸੀਂ ਸਪੋਰਟ ਕੀਤੀ ਹੈ ਬੰਦੀ ਸਿੰਘਾਂ ਦੀ ਇਸ ਕਰਕੇ ਅਮਰਤਾਪਾਲ ਜੀ ਸੱਚ ਬੋਲਿਆ ਤੁਸੀਂ ਸਾਥੇ ਬੋਲੇ ਸੱਚ ਜਿੰਨੇ ਚਿਰ ਇੱਕ ਲਿਮਟ ਚ ਬੰਦਾ ਬੋਲੇ ਉਦੋਂ ਤੱਕ ਕੋਈ ਪ੍ਰੋਬਲਮ ਨਹੀਂ ਹੁੰਦੀ ਜਦੋਂ ਸੱਚ ਉਭਰਣ ਡੈ ਪਏ ਨਾ ਕੋਈ ਦੀ ਆਵਾਜ਼ ਉਭਰਣ ਡੈ ਪਏ ਤਾਂ ਉਦੋਂ ਫਿਰ ਰੋਕਣ ਦੀ ਕੋਈ ਨਾ ਕੋਸ਼ਿਸ਼ ਕਸ਼ਿ ਕਰਦੇ ਨੇ ਹਿੰਦੀ ਭਾਈਜ ਦਾ ਪਹਿਲਾ ਹੋਇਆ ਸੀ ਦੂਜਾ ਧਾੜਾ ਹੋਇਆ ਹੁਣ ਤੀਜਾ ਮੈਨੂੰ ਨਹੀਂ ਪਤਾ ਸ਼ਾਇਦ ਮੇਰਾ ਹੋਇਆ ਭਰਾ ਫੋਲੋ ਕਰ ਲਿਓ ਨਾ ਤੀਜਾ ਮੈਂ ਤਾਂ ਨਹੀਂ ਦੱਸ ਕਿਹਦਾ ਆਇਆ ਹੈ ਤੀਜਾ ਆਇਆ ਰਬੀ ਕੰਦੋਲੇ ਦਾ ਜਿਨੇ ਫਿਲਮ ਨਹੀਂ ਬਣਾਈ ਮਿੱਟੀ ਮਿਸਾਲ ਹੈ ਨਾ ਸ਼ਾਇਦ ਫੇਸਬੁੱਕ ਆਇਆ ਬਿਲਕੁਲ ਫੇਸਬੁਕ ਕੋਇਆ ਪਰ ਗਲਤੇ ਹੋਈ ਨਾ ਫਰਜ ਭਾਈ ਭਾ ਫੇਸਬੁਕ ਬੈਨ ਕਰ ਭਾ ਮੇ ਟਵਿੱਟਰ ਕਰੋ ਗਲਤੇ ਮਤਲਬ ਤੇ ਇਹੀ ਹੈ ਨਾ ਤੁਸੀਂ ਆਵਾਜ਼ ਦਬਾ ਰਹੇ ਹੋ ਤੋ ਵੀ ਮੁੰਡਾ ਬੋਲਦਾ ਰਹਿੰਦਾ ਰੱਬੀ ਕੰਦੋਲਾ ਵੀ ਮੁੱਦਿਆਂ ਤੇ ਤੋ ਉਹਦਾ ਵੀ ਫੇਸਬੁਕ ਹਟਾ ਦਿੱਤਾ ਕੀ ਕਰੀਏ ਅਸਲ ਚ ਸਾਡੇ ਲੀਡਰ ਹੀ ਲੋਲੜ ਨੇ ਮੈਂ ਕੀ ਕਹਾਂ ਬੇਕਾਰ ਨੇ ਸਾਡੇ ਲੀਡਰ ਜਿਨ੍ਹਾਂ ਨੂੰ ਇਹ ਵੋਟਾ ਸਾਡਾ ਮੁੱਖ ਮੰਤਰੀ ਇਦਾਂ ਦਾ ਕੀ ਕਰੀਏ ਓਏ ਸਰਕਾਰ ਅਗੇ ਗੋਡੇ ਟੇਕ ਦਿੰਦਾ ਕਰਕੇ ਦਿਖਾਵਾ ਕੇ ਸਾਊਥ ਦੇ ਮੁੰਡੇ ਦਾ ਟਵਿੱਟਰ ਬੈਨ ਅਗਲੇ ਮੰਤਰੀ ਨੇ ਐਡੀ ਬਾਹ ਪਾਦਾ ਨੀ ਜਾ ਕੇ ਪਾਰਲੀਮੈਂਟ ਚ ਵੀ ਤੁਸੀਂ ਸਾਡੇ ਤੂੰ ਆਜ਼ਾਦੀ ਖੋਹਦੇ ਤੇ ਸਾਡੇ ਮੰਤਰੀ ਸੱਚ ਦੀ ਆਵਾਜ਼ ਦੀ ਪੋਸਟ ਤੋਂ ਡਰੀ ਜਾ ਰਹੇ ਨੇ ਤੇ ਚੁੰਮਿਆ ਚਾਟੀ ਕਰਨ ਦੀ ਪੋਸਟ ਜਿੰਨੀ ਮਰਜ਼ੀ ਪਾਓ ਉਦੋਂ ਕੋਈ ਚੱਕਰ ਨਹੀਂ ਉਹ ਖੁੱਲਿਆਂ ਪਾਰੀ ਨੇ ਲੋਕੀ ਫ੍ਰੈਂਚ ਭਾਈ ਉਹ ਤੇ ਆਨੇ ਆ ਪਰ ਮੈਂ ਦੱਸਦਾ ਇਹ ਹੁਣੇ ਖਬਰ ਆ ਰਹੀ ਸੀ ਕਿ ਭਾਨੇ ਸਿੱਧੂ ਨੂੰ ਵੀ ਚੱਕ ਲਿਆ ਪਤਾ ਅੱਜ ਮੋਰਚ ਉੱਥੇ ਲੱਗਾ ਵੇ ਮੋਰਚਾ ਵੇ 17 ਤਰੀਕ ਅੰਮ੍ਰਿਤਸਰ ਤੇ ਸਾਰੇ ਜਾਂਦੇ ਪੈਨ ਉਹਦੇ ਲੱਖਾ ਸਦਾਣੇ ਨੂੰ ਰਾਤੀ ਗ੍ਰਿਫਤਾਰ ਕਰ ਲਿਆ ਭਾਨਾ ਸਿੱਧੂ ਹਣ ਜਾ ਰਿਆ ਸੀ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਸ਼ਰਮ ਤੱਕਾ ਕਰ ਰਹੀ ਪੁਲਿਸ ਪ੍ਰਸ਼ਾਸਨ ਤੇ ਅਸਲ 'ਚ ਸਾਡੇ ਲੀਡਰ ਦਾ ਕਸੂਰ ਹੈ ਭਗਵੰਤ ਮਾਨ ਦਾ ਸਾਡਾ ਲੀਡਰ ਪੈਰ ਧਰ ਲੈ ਨਾ ਸਟੇਟ ਲੈ ਜੇ ਨਾ ਪੰਜਾਬ ਦੇ ਪਿੱਛੇ ਤੇ ਕਿਸੇ ਦੀ ਜਰੂਰਤ ਨਹੀਂ ਹੈ ਸੱਚੀ ਗੱਲ ਹੈ ਮੈਨ ਕੋ ਪੰਪੜ ਹੀ ਦੇ ਰਿਹਾ ਕਿਸ ਨੂੰ ਖਸਾ ਨਹੀਂ ਰਿਹਾ ਵਾਕਈ ਗੱਲ ਹੈ ਤੇ ਕਰਮਨੀਤਾ ਦੀ ਪਾਜੀ ਕਹਿੰਦੇ ਕਿ ਚਲੋ ਹੈ ਜੇ ਤਾਂ ਉਹਦੀ ਪਰਸਨਲ ਹੈ ਪਰ ਪਰਸਨਲ ਹੋ ਤੱਕ ਰਹਿੰਦੀ ਹੈ ਜਰੂਰਤ ਕਰੋ ਸਟੋਰੀ ਦੇ ਨਾਮ ਪਾਈ ਜਾਵੇ ਕਹਿੰਦੇ ਉਹ ਫੜੀ ਗਈ ਕਹਿ ਸਾ ਦੇ ਕੋਈ ਜਿਹੜਾ ਬੰਦਾ ਫੜਿਆ ਕਿਹੜਾ ਬੰਦਾ ਜਾਂਦਾ ਜਿਹੜਾ ਇੱਕ ਚੀਜ਼ ਪਾਵੇ ਬਾਅਦ ਚ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕਰੇ ਠੀਕ ਆ ਮਤਲਬ ਕਿ ਉਹਨੇ ਕੁਝ ਗਲਤ ਕੀਤਾ ਨਾ ਫੜੀ ਗਈ ਸੋ ਉਹਨੇ ਪਾਜੀ ਇੱਕ ਵੀਡੀਓ ਪਾਈ ਹੈ ਜਿਹਦੇ ਚ ਮਤਲਬ ਕਿ ਉਹ ਗਾਣੇ ਦੇ enjoy ਕਰ ਰਹੀ ਹੈ ਪਹਿਲਾ ਸਟਾਰਟਿੰਗ ਜੀ ਪੂਰੀ ਰੀਲ ਤਾਂ ਇਹ ਸੀਗੀ ਬਾਅਦ ਕਿਸੇ ਨੂੰ ਪੂਰੀ ਰੀਲ ਕਿਸੇ ਨੇ ਪਾਈ ਨਹੀਂ ਪੇਜ ਵਾਲੇ ਨੇ ਤੇ ਐਂਡ ਤੇ ਕੋਈ ਮੁੰਡਾ ਜਿਹੜਾ ਗੱਡੀ ਚਲਾ ਰਿਆ ਹੋਊਗਾ ਉਹ ਵਿਚਾਰੇ ਉਹ ਮੱਕੀ ਮੂਡ ਬਾਣੀ ਜਾਂਦਾ ਕਦੇ-ਕਦੇ ਉਹ ਐਦਾਂ ਕਰਦਾ ਤੇ ਇਹ ਵੀ ਅੱਗਿਓ ਚੁੰਮਾ ਚੱਟ ਸ਼ੁਰੂ ਕਰਤੀ ਤੇ ਭਾਜੀ ਦੇਖ ਲਓ ਚਲੋ ਪਰਸਨਲ ਜੋਤ ਕੀਤਾ ਕੀਤਾ ਉਹਨੂੰ ਰੀਲ ਤੇ ਪਾਤਾ ਰੀਲ ਤੇ ਵੀ ਪਾਤਾ ਉਹ ਤੋਂ ਹੋਰ ਡਰਾਮੇ ਕਰਦੀ ਹੈ ਉਹ ਭਾਜੀ ਦੱਸਣਗੇ ਤੁਹਾਨੂੰ ਹਾਂ ਅੱਛਾ ਡਰਾਮੇ だっते ਨਹੀਂ ਮੈਨੂੰ ਪਤਾ ਪਰ ਮੈਂ ਤੇਰੇ ਕੋਲ ਇੱਕ ਗੱਲ ਪੁੱਛਣਾ ਚਾਹ ਰਿਹਾ ਸੀ ਫਰਸ਼ੀ ਭਾਜੀ ਏ ਉਹ ਜਿਹੜਾ ਮੁੰਡਾ ਸੀ ਵੀਡੀਓ ਦੇ ਵਿੱਚ ਜਿਹਦੇ ਨਾਲ ਉਹ ਕਿਸ ਕਰ ਰਹੀ ਉਹ ਗੋਰਾ ਹੀ ਕਿ ਇੰਡੀਅਨ ਸੀ ਕੌਣ ਸੀ ਪਾਜੀ ਇਹ ਹਜੇ ਸੂਤਰ ਲੱਗੇ ਹੋਏ ਨੇ ਹਜੇ ਕੋਈ ਕਨਫਰਮੇਸ਼ਨ ਨਹੀਂ ਮਿਲੀ ਕਿਹੜਾ ਅੱਛਾ ਜੀ ਸੂਤਰਾਂ ਕੋਲ ਜਲਦੀ ਜਲਦੀ ਪੁੱਛੋ ਕਿਉਂਕਿ ਮੈਨੂੰ ਲੱਗ ਰਿਹਾ ਗੋਰਾ ਨਹੀਂ ਇੱਧਰ ਦਾ ਵੀ ਹੋ ਸਕਦਾ ਬੋਰਨਪੁਰਨਾ ਕਿਉਂਕਿ ਪੰਜਾਬੀ ਗਾਣੇ ਤੇ ਉਹ ਵੀ ਵਾਈਬ ਕਰ ਰਿਹਾ ਸੀਗਾ ਗੋਰੇ ਗੋਰੇ ਚਲ ਕਰਦੇ ਨੇ ਪੰਜਾਬੀ ਗਾਣੇ ਤੇ ਵਾਈਬ ਪਰ ਜਿਹੜੇ ਸਾਹਮਣੇ ਮੈਨੂੰ ਲੱਗ ਰਿਹਾ ਸੀ ਨਹੀਂ ਗੋਰਾ ਨਹੀਂ ਪਾਜੀ ਇੱਧਰ ਦਾ ਜ਼ਰੂਰ ਹੋ ਸਕਦਾ ਹੈ ਤੇ ਹਾਂ ਬਾਕੀ ਰਹੀ ਗੱਲ ਤੁਹਾਨੂੰ ਅੱਛਾ ਪਤਾ ਨਹੀਂ ਕਿ ਕੀ ਡਰਾਮੇ ਕੀਤੇ ਹੋਣੇ ਉਹ ਹੈਕ ਕਰ ਲਈ ਕਹਿੰਦੀ ਮੇਰੀ ਆਈਡੀ ਹੈਕ ਹੋ ਗਈ। ਪਾਜੀ ਦੇਖੋ ਉਹਨੇ ਪਹਿਲਾਂ ਪਾਈ ਮੇਰੇ ਕੋਲ ਸਕਰੀਨਸ਼ਾਟ ਨਾਲ ਨਾਲ ਚਲਾ ਵੀ ਦਿਓ ਤੁਹਾਨੂੰ ਭੇਜੂਗਾ। ਪਹਿਲਾਂ ਪੋਸਟ ਪਾਈ ਫਿਰ ਆਪਣੀ ਆਈਡੀ ਦਾ ਨਾਮ ਚੇਂਜ ਕਰ ਲਿਆ ਕੋਈ ਊਡ ਪਟੰਗ ਜੇ ਜੂ ਜੜ ਜੂੜ ਕੁਝ ਵੀ ਰਹਾ ਲਿਆ। ਫਿਰ ਥੱਲੇ ਯੂਜ਼ਰ ਨੇਮ ਵੀ ਚੇਂਜ ਕਰ ਲਿਆ ਤੇ ਫੋਟੋਆਂ ਸਾਰੀਆਂ ਡਿਲੀਟ ਕਰਤੀਆਂ। ਅੱਛਾ ਠੀਕ ਆ ਤੇ ਉੱਤੇ ਲਿਖਤਾ ਹੈਕਡ ਤੇ ਅੱਗੇ ਇੱਕ ਫੁੱਦੂ ਮਨ ਕੇ ਕੋਈ ਯੂਨਿਟ ਤੋਂ ਫੁੱਡ ਲੋਨ ਕਰਕੇ ਉਹ ਕਿਸੇ ਮੁੰਡੀ ਦੀ ਪਾਤੀ। ਮੰਨ ਲਓ ਕੋਈ ਵਿਚਾਰਾ ਬਿਹਾਰ ਵੀ ਹਰਦਾ ਹੋਣਾ ਕਿ ਇਦਾਂ ਲੱਗੇ ਕਿ ਇਹਨੇ ਹੈਕ ਕਰ ਲਈ ਮੇਰਾ ਅਕਾਊਂਟ। ਦੱਸ ਆਪਾਂ ਰ ਹਣਾ ਹੁਣ ਜਿਹੜਾ ਬੰਦਾ ਹੈਕ ਕਰੂਗਾ ਮੇਰੇ ਵੀ ਇਦਾਂ ਦਾ ਸਟੋਰੀ ਪਾਊਗਾ ਨਹੀਂ ਕਿ ਹੈਕਡ ਤੇ ਚੱਲ ਤੇਰਾ ਇੰਸਟਾਗ੍ਰam ਹੈਕ ਕਰ ਲਿਆ ਮੰਨਦੇ ਆ ਤੇਰਾ ਇੰਸਟਾਗ੍ਰam ਹੈਕ ਕਰ ਲਿਆ ਸਨੈਪਚੈਟ ਤੇ ਵੀ ਉਸੇਲੇ ਭਈ ਸਾਰੇ ਆਪਣੇ ਨਾਮ ਨੂੰ ਬੁਲਤੇ ਤੇ ਉਸ ਤੋਂ ਬਾਅਦ ਬੀਬੀ ਸਾਮੀ ਹੁਣ 6:07 ਵਜੇ ਨੇ ਉਹ ਦੁਬਾਰਾ ਨਟ ਤੇ ਆਈ ਐ ਤੇ ਕਹਿੰਦੀ ਉਹ ਮੇਰਾ ਬਹੁਤ ਬਹੁਤ ਥੈਂਕ ਯੂ ਕੁਝ ਲੋਕਾਂ ਦਾ ਮੇਰੀ ਆਈਡੀ ਮੈਨੂੰ ਵਾਪਸ ਮਿਲ ਚੁੱਕੀ ਐ ਤੇ ਬਾਅਦ ਚ ਮੂਸੇ ਵਾਲੇ ਜੀ ਦੀ ਜਿਹੜੀ ਡੜੀ ਦੀ ਫੋਟੋ ਸੀ ਉਹ ਉਹਨਾਂ ਨੇ ਸ਼ੇਅਰ ਕੀਤੀ ਐ ਹੁਣ ਦੇਖੋ ਭਾਜੀ 6:07 ਘੰਟੇ ਚ ਕਿਹੜਾ ਉਹਨੂੰ ਆਈਟੀ ਦਾ ਟੈਕ ਐਕਸਪਰਟ ਮਿਲ ਗਿਆ ਆਈਡੀ ਹੈਕ ਹੋ ਗਈ ਆਈਡੀ ਵਾਪਸ ਆ ਗਈ ਜਿਹੜੀਆਂ ਫੋਟੋਆਂ ਰੀਡ ਕੀਤੀਆਂ ਸੀ ਉਹ ਵੀ ਵਾਪਸ ਆ ਗਈਆਂ ਉਹ ਲੋਕਾਂ ਨੂੰ ਹਫਤੇ ਹਫਤੇ ਲੱਗ ਜਾਂਦੇ ਨੇ ਮੈਸੇਜ ਕਰਦੇ ਉਹਨਾਂ ਨੂੰ ਕਿ ਭਾਜੀ ਮੇਰੀ ਆਈਡੀ ਵਾਪਸ ਦੋ ਪਿਛੇ ਸਿਮਰਨ ਰੂਲਾ ਹਫਤੇ ਡੇਢ ਹਫਤੇ ਬਾਅਦ ਵਾਪਸ ਆਈ ਹੈ ਤੇ ਇਹ ਦੇਖ ਲੋ ਲੋਕਾਂ ਨੂੰ ਬੇਫਿਕਰ ਸਮਝਦੇ ਨੇ ਪਾਜੀ ਗਲਤ ਤੇ ਹੀ ਹੈ ਨਾ ਮੇਨ ਚੱਲ ਆਈਡੀ ਤੇਰੀ ਹੈਕ ਹੋ ਗਈ ਮੰਨਦੇ ਤੂੰ ਚਲ ਡਰਾਮਾ ਕਰ ਲੈ ਇਹ ਚਲ ਆਈਡੀ ਹੈਕ ਹੋ ਗਈ ਤੇ ਪਾਜੀ ਇਹਦੇ ਨਾਲ ਵੀਡੀਓ ਦਾ ਕੀ ਐਕਸਪਲੇਨੇਸ਼ਨ ਮਿਲਦਾ ਹੈ ਕਿ ਕੀ ਮਿਲਦਾ ਹੈ ਆਈਡੀ ਹੈਕ ਹੋਈ ਹੋਣਾ ਹੋਈ ਵੀਡੀਓ ਦਾ ਕੀ ਐਕਸਪਲੇਨ ਉਹ ਤਾਂ ਕਰ ਹੋਰ ਡਰਾਮੇ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿ ਮੇਰੀ ਆਈਡੀ ਹੈਕ ਹੋ ਗਈ ਚਲ ਹੁਣ ਕਹੂਗੀ ਹੁਣ ਜਰ ਪਤਾ ਕੀ ਪਈ ਅੱਗੇ ਹੋਊਗਾ ਨੈਕਸਟ ਮੂਵ ਜੀ ਜੀ ਜਿਹਦਾ ਕਦੇ ਕਹਿੰਦੀ ਕਰਮੀਤਾ ਤੇ ਇੱਕ ਛੋਟੀ ਜੀ ਬੱਚੀ ਐ ਹੁਣ ਇਹ ਬੱਚੀ ਛੋਟੀ ਨਹੀਂ ਰਹੀ ਅਭਿਨੰਦਨ ਜੋਤ ਵੱਡੀ ਹੋ ਗਈ ਐ ਠੀਕ ਹੁਣ ਅਭਿਨੰਦਰ ਬਣ ਗਿਆ ਐ ਅਭਿਨੰਦਰ ਬਣ ਗਿਆ ਹੁਣ ਅਗਲੇ ਪਤਾ ਕੀ ਐਕਸਪਲੇਨੇਸ਼ਨ ਦੇਣੀਆਂ ਨੇ ਕਿ ਮੇਰੇ ਤਾਂ ਪਰਸਨਲ ਵੀਡੀਓ ਸਿਗੀਆਂ ਉਹ ਤਾਂ ਮੇਰੇ ਗੈਲਰੀ ਚ ਸਿਗੀਆਂ ਮੇਰੀ ਆਈਡੀ ਹੋ ਗਈ ਹੈਕ ਤੇ ਉਹਨਾਂ ਨੇ ਪਬਲਿਕ ਕਰਤੀਆਂ ਤੇ ਬੰਦਾ ਆਪਣੇ ਪਾਰਟਨਰ ਨਾਲ ਪਰਸਨਲ ਵੀਡੀਓ ਬਣਾ ਹੀ ਲੈਂਦਾ ਕਿੱਡੀ ਕ ਗੱਲ ਐ ਇਹ ਇਹਨੇ ਕਹਿਣਾ ਦੇ ਦੇਖ ਲਿਓ ਅਹੀ ਡਰਾਮਾ ਹੋਣਾ ਹੈ ਕੂ ਕਾਲਾ ਹੋਰ ਉਹਦੇ ਮਤਲਬ ਕੀ ਨਿਕਲਦਾ ਤੇ ਕਰਮੇ ਚੋੜੀ ਤੁਹਾਨੂੰ ਮੈਂ ਚਲੋ ਹੈ ਹਾਂ ਬਿਲਕੁਲ ਸ੍ਰੀ ਭਾਈ ਕੋਈ ਮਾੜਾ ਨਹੀਂ ਵੀਡੀਓ ਚ ਕੋਈ ਮਾੜਾ ਨਹੀਂ ਆਪਣੇ ਬੁਆਏਫਰੈਂਡ ਹੈ ਜੋ ਵੀ ਉਹਦਾ ਲਾਈਵ 파ਟਰਨ ਹੈ ਉਹਦੇ ਨਾਲ ਕਿਸ ਕਰ ਰਹੀ ਏ ਕੋਈ ਅਪੱਤੀ ਨਹੀਂ ਸਾਨੂੰ ਕੋਈ ਪੱਤੀ ਨਹੀਂ ਅਸੀਂ ਸਿਰਦ ਗੱਲ ਕਰ ਰਹੇ ਹਾਂ ਆ ਬਿਲਕੁਲ ਅਪੱਤੀ ਬੇਵਕੂਫ ਬਣਾਣ ਤੂੰ ਵੀ ਜਨਤਾ ਨੂੰ ਬੇਵਕੂਫ ਨਾ ਬਣਾਓ ਸਿੱਧੀ ਤਰ੍ਹਾਂ ਕੋਈ ਹਾਂ ਮੇਰੇ ਕੋ ਪੈਗੀ ਪਤਾ ਨਹੀਂ ਕਈ ਵਾਰੀ ਮੁੰਡੇ ਵੀ ਕਹਿੰਦੇ ਹੁੰਦੇ ਨੇ ਨਾ ਕਿ ਜੇ ਮੈਨੂੰ ਪਿਆਰ ਕਰਦੀ ਏ ਤੇ ਮੇਰੀ ਫੋਟੋ ਪਾ ਪਾ ਦਿਖਾ ਆ ਮੇਰੇ ਨਾਲ ਆਪਣੇ ਕੋਰਟ ਤੇ ਪਾ ਲੋਕਾਂ ਨੂੰ ਦੱਸ ਤੂੰ ਛਪਾਨੀ ਏ ਜੇ ਤੂੰ ਛਪਾਨੀ ਦਾ ਮਤਲਬ ਤੂੰ ਚਾਹਨੀ ਕਿ ਮੇਰੇ ਹੋਰ ਵੀ ਬਾਇਫਰੈਂਡ ਬਣ ਤੇ ਤੂੰ ਪਾ ਸ਼ਾਇਦ ਹਨਾ ਬਾਇਫਰੈਂਡ ਨੇ ਕਿਹਾ ਹੋਵੇ ਪਰ ਮੇਰੇ ਕਹਿਣ ਦਾ ਮਤਲਬ ਹੈ ਕਿ ਸੱਚ ਦੱਸੋ ਐ ਵੀ ਲੋਕਾਂ ਨੂੰ ਛਦਾਈ ਦਾ ਬਣਾਓ ਤੂੰ ਡਾ ਹੀ ਏ ਲਾਈਫ ਪਾਰਟਨਰ ਹੋ ਸਕਦਾ ਬਾਇਫਰੈਂਡ ਹੋ ਸਕਦਾ ਜਵਾਨ ਹੋ ਹੁੰਦੀ ਏ ਖੁਰਕ ਬੰਦੇ ਨੂੰ ਵਾਈਨ ਨੂੰ ਘੱਟ ਵਾਈਨ ਨੂੰ ਘੱਟ ਪੀਓ ਤੇ ਜਦੋਂ ਵਾਈਨ ਨੂੰ ਪੀ ਲੈਂਦੇ ਆ ਤਾਂ ਫੋਨ ਉਹਦਾ ਸਾਈਡ ਤੇ ਰੱਖ ਦਿਆ ਕਰੋ ਨਾਲ ਚਲਾਇਆ ਕਰੋ ਅਸਲ ਚ ਵਾਈਨ ਦੀ ਗਰਮ ਸਭੀਆਂ ਗੱਲ ਆਹੋ ਵਾਈਨ ਪੀ ਕੇ ਨਾਲ ਆ ਵਾਈਨ ਗਰਮ ਹੈ ਉਹ ਤੂੰ ਜਵਾਨੀ ਹੈ ਉਨੀ 20 ਸਾਲਾਂ ਦੀ ਗਰਮ ਗਰਮ ਪਿੰਡੀ ਵੀ ਲਾਲ ਵਾਈਨ ਹੈ ਉਹ ਤੂੰ ਲਾਲ ਵਾਈਨ ਖਤਰਨਾਕ ਹੈ ਤੇ ਅੱਛਾ ਜਿਹੜੀ ਵੀ ਅਸੀਂ ਇਹ ਗੱਲਾਂ ਪਤਾ ਕਰ ਰਹੇ ਆ ਨਾ ਜਿਹੜਾ ਅੱਜ ਸਾਡੇ ਵੀਡੀਓ ਚ ਮਹਿਮਾਨ ਆਣਾ ਨਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਗੱਲਾਂ ਦਾ ਉਹ ਵੀਰ ਵੀਰ ਬੜਾ ਸ਼ਰੀਫ ਹੈ ਉਹਨਾਂ ਨਾਲ ਅਸੀਂ ਗੱਲਾਂ ਕਰਦੇ ਆ ਮੋਬਾਈਲਾਂ ਦੀ ਵੀ ਮੋਬਾਈਲ ਕਿਹੜੇ ਕੀ ਆ ਗਏ ਨੇ ਜਾਂ ਕੀ ਟੈਕਨੋਲੋਜੀ ਆਣੀ ਉਹਨਾਂ ਉਹਨਾਂ ਨਾਲ ਇਹ ਗੱਲਾਂ ਬਾਤਾਂ ਆੜੇ ਉਹਨਾਂ ਦਾ ਇਹਨਾਂ ਗੱਲਾਂ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਸਾਡੀਆਂ ਗੱਲਾਂ ਨੇ ਏ ਟੋਪਕਾ ਦਾ ਸਾਡੇ ਨਾਲ ਲੈਣਾ ਦੇਣਾ ਤੇ ਹੁਣ ਤੁਸੀਂ ਇੰਜੋਏ ਕਰੋ ਭਾਜੀ ਨਾਲ ਸਾਡੇ ਨਾਲ ਪੋਡਕਾਸਟ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਪਹਿਲਾ ਪੰਜਾਬੀ ਪੋਡਕਾਸਟ ਆ ਤੇ ਸਭ ਤੋਂ ਪਹਿਲਾਂ ਥੈਂਕਸ ਵੀਰਾਂ ਦਾ ਇੰਨਾ بڑا ਮੈਂ ਹੈ ਨਹੀਂ ਇਨਾਂ ਨੇ ਮੈਨੂੰ ਇੱਥੇ ਬੁਲਾਇਆ ਤੇ ਲਈ ਥੈਂਕਸ ਐਂਡ ਸਤਿ ਸ਼੍ਰੀ ਅਕਾਲ ਸਟਾਰਟ ਕਰਦੇ ਹਾਂ ਚਲੋ ਮੇਰਾ ਪਹਿਲਾ ਪੋਡਕਾਸਟ ਆ ਸੋ ਆਈ ਡੋਨਟ ਨਈ ਕੋਈ ਚੱਕਰ ਨਹੀਂ ਹੈ ਵੀਰੇ ਤੂੰ ਟੈਨਸ਼ਨ ਨਹੀਂ ਲੈਣੀ ਇਹ ਕਿਹੜਾ ਟਰੱਕ ਹੈ ਮਮਾ ਜਿਹੜਾ ਚੱਲਦਾ ਨਹੀਂ ਆ ਸਾਡੇ ਬੰਦੇ ਤੇ ਜਾਚ ਲਾ ਲੰਦੇ ਨੇ ਤੇ ਫਿਰ ਪੋਡਕਾਸਟੇ ਮੇਰਾ ਭਰਾ ਇਜ਼ੀ ਜਿਹੜੀ ਸਾਡੀ ਪੰਜਾਬੀ ਆਡੀਅנס ਹੈ ਨਾ ਜਿੰਨਾ ਜਿੰਨਾਂ ਨੂੰ ਨਹੀਂ ਪਤਾ ਮੈਂ ਦੱਸਦਾ ਭਾਜੀ ਦਾ ਚੈਨਲ ਹੈ ਉੱਥੇ ਦੱਸਦੇ ਨੇ ਜਿਹੜਾ ਵੀ ਕੋਈ ਨਵਾਂ ਮਾਰਕੀਟ ਚ ਫੋਨ ਆਂਦਾ ਹੈ ਕੰਪਿਊਟਰ ਆਂਦਾ ਹੈ ਭਾਜੀ ਓਪਨਿੰਗ ਕਰਦੇ ਨੇ ਇਹਨਾਂ ਨੂੰ ਪਹਿਲੇ ਕੰਪਨੀ ਭੇਜ ਦਿੰਦੀ ਹੈ ਮੰਨ ਲਓ 15 ਤਰੀਕ ਆਈਫੋਨ ਆਣਾ ਹੈ ਇਹਨਾਂ ਨੂੰ 13 14 ਨੂੰ ਮਿਲ ਜਾਂਦਾ ਨਹੀਂ ਆਈਫੋਨ ਵੀਰ ਮੈਂ ਆਪ ਲੈਣਾ ਮੈਂ ਪਹਿਲਾਂ ਟੋਕਦਾ ਗਲਤ ਅਫਵਾਹ ਨਹੀਂ ਹੈ ਐਪਲ ਦੇ ਪ੍ਰੋਡਕਟ ਸਾਰੇ ਮੈਂ ਆਪ ਲੈਣਾ ਪਰ ਹਾਂ Samsung ਵਗੈਰਾ ਜਿੰਨੇ ਵੀ ਨੇ ਉਹ ਪਹਿਲਾਂ ਆ ਜਾਂਦੇ ਆਪਣੇ ਕੋਲ अर्ਲੀ ਰਿਵਿ ਸਹੀ ਜੀ ਜਿਹੜੇ ਬ੍ਰਾਂਡਸ ਨੇ ਸੌਰੀ ਟੂ ਅਨ ਡਰਪ ਬਾਕੀ ਬ੍ਰਾਂਡ ਫ੍ਰੀ ਭੇਜ ਦਿੰਦੇ ਆ ਹਾਂ ਫ੍ਰੀ ਭੇਜਦੇ ਆ ਫ੍ਰੀ ਭੇਜਦੇ ਆ ਤੇ ਪੇ ਵੀ ਕਰਦੇ ਨੇ ਇਹ ਵੀ ਦੱਸ ਦੀ ਯਾ ਤੁਹਾਡੀ ਬੜੀ ਮौज ਏ ਸਾਨੂੰ ਕੁਝ ਵੀ ਨਹੀਂ ਫ੍ਰੀ ਮਿਲਦਾ ਅਸੀਂ ਰੋਸਟਰਾਂ ਪੋਡਕਾਸਟਰ ਸਾਨੂੰ ਕੁਝ ਨਹੀਂ ਮਿਲਦਾ ਫ੍ਰੀ ਤੁਹਾਡੀ ਕਿਸਮਤ ਚੰਗੀ ਫੂਨ ਥਿੰਗ ਇਸ ਵੀ ਨਾ ਹੁਜੇ ਦਾ ਮੇਰਾ ਆ ਟੈਕ ਸਪੇਸ ਆ ਹੈ ਨਾ ਜਿਹੜੀ ਮੇਰੀ ਆਡੀਅנס ਆ ਉਹਨਾਂ ਨੂੰ ਪਤਾ ਉਹ ਟੈਕ ਦੇਖਣੀ ਆਉਂਦੀ ਆ ਤੇ ਟੈਕ ਚ ਨਾ ਰੈਗੂਲਰ ਹੁਜੇ ਦਾ ਤੁਹਾਡੀ ਆਡੀਅנס ਆ ਉਹ ਸਵਾਦ ਲੈਣ ਵਾਲੀ ਬਰੋਟੀ ਖਾਂਦੇ ਖਾਂਦੇ ਚੱਲ ਦੇਖ ਲਈ ਹੈ ਨਾ ਰੋਸਟ ਦੇਖ ਲਈਏ ਟੈਕ 'ਚ ਇਦਾਂ ਨਹੀਂ ਹੁੰਦਾ ਵੀਰੇ ਚਾਹੇ ਮੇਰੇ 4.4 ਲੱਖ ਫਾਲੋਅਰ ਨੇ ਵਿਊ ਮੈਨੂੰ ਉਹੀ ਘੱਟ ਹੀ ਆਉਣੇ ਨੇ ਕਿਉਂਕਿ ਜਿਨੇ ਜਿਹੜੀ ਚੀਜ਼ ਦੇਖਣੀ ਉਹਨੇ ਬਸ ਸਰਚ ਕਰਨੀ ਆ ਉਹ ਵੀਡੀਓ ਦੇਖ ਕੇ ਉਹਨੇ ਚਲੇ ਜਾਣਾ ਆਏ ਤਾਂ ਹੈ ਨਹੀਂ ਰੋਜ਼-ਰੋਜ਼ ਤੇ ਉਹ ਦੇਖੂਗਾ ਨਹੀਂ ਵੀ ਕਿਹੜਾ ਫੋਨ ਆ ਰਿਹਾ ਰਾਈਟ ਤਾਂ ਜਿਹੜੀ ਆਡੀਅנס ਆ ਉਹ ਪਾਰਟिकुलर ਆਫ ਜਿਹੜੇ ਬ੍ਰਾਂਡਸ ਨੇ ਉਹਨਾਂ ਨੂੰ ਵੀ ਪਤਾ ਵੀ ਆਪਾਂ ਇਹ ਬੰਦੇ ਨੂੰ ਆ ਚੀਜ਼ ਭੇਜਣੀ ਆ ਕਿਉਂਕਿ ਹੁਣ ਆਉਣ ਵਾਲੀ ਆ ਹੈਨਾ ਲੋਕੀ ਸਰਚ ਕਰਦੇ ਪਏ ਨੇ ਇਦਾਂ ਕਰਕੇ ਰਹਿੰਦਾ ਹੁਣ ਰੋਸਟਰ ਨੂੰ ਜੇ ਮੰਨ ਇਹ ਚੀਜ਼ ਆ ਇਹ ਚੀਜ਼ ਆ ਮਾਰਕੀਟ ਦੇ ਗੇਮ ਹੈ ਨਾ ਸਾਰੀ ਹਾਂ ਅੱਛਾ ਹੈਪੀ ਵੀਰ ਆਪਾਂ ਚਲੋ ਤੁਹਾਡੇ ਪ੍ਰੋਫੈਸ਼ਨਲ ਲਾਈਫ ਤੇ ਆੰਦੇ ਆ ਪਰ ਥੋੜਾ ਜਿਹਾ ਪਿਸ਼ੌਕੜ ਵਾਲ ਛਾਤੀ ਮਾਰ ਲਈਏ ਆਪਣਾ ਇੰਡੀਆ ਤੋਂ ਕਿੱਥੋਂ ਬਲੋਂਗ ਕਰਦੇ ਪੰਜਾਬੀ ਘੜ ਤੋਂ ਚੰਡੀਗੜ੍ਹ ਦਾ ਮੁੰਡਾ ਹੈ ਚੰਡੀਗੜ੍ਹ ਕਰੇ ਅਸ਼ਕੀ ਅੱਛਾ ਵੀਰੇ ਜਿਹੜਾ ਤੁਹਾਨੂੰ ਇਹ ਸਮਾਨ ਭੇਜਦੇ ਨੇ ਸੈਮਸੰਗ ਵਾਲੇ ਹੈਂ ਵੀ ਆ ਸਾਡੀ ਮਸ਼ਹੂਰੀ ਕਰ ਦਿਓ ਮੋਬਾਈਲ ਦੀ ਤੇ ਉਹ ਮੋਬਾਈਲ ਤੁਸੀਂ ਬਾਅਦ ਚ ਵਾਪਸ ਕਰਦੇ ਕਿ ਜਾਂ ਆਪਣੇ ਕੋਲ ਹੀ ਰੱਖ ਲੈਂਦੇ ਅੱਛਾ ਤੇ ਇੰਡੀਆਂ ਵੀ ਭੇਜਦੇ ਰਿਸ਼ਤੇਦਾਰਾਂ ਨੂੰ ਕਹਿੰਦੇ ਹੋੜੇ ਯਾਰ ਭੇਜਦੇ ਆ ਪੀਵੇ ਤਾਂ ਇਹ ਤੇ ਬਹੁਤ ਹੁੰਦਾ ਇਹ ਤੇ ਬਹੁਤ ਹੁੰਦਾ ਇਹ ਤੇ ਬਹੁਤ ਹੁੰਦਾ ਤੇ ਜਿੱਦਾਂ ਭਾਈ ਬ੍ਰਾਂਡ ਦੀ ਤੁਹਾਨੂੰ ਪ੍ਰੋਮੋਸ਼ਨ ਆ ਗਈ ਮੰਨ ਲਓ ਫੋਨ ਉਹਨਾਂ ਨੇ ਭੇਜਤਾ ਤੇ ਉਹਨਾਂ ਨੇ ਕੁਝ ਲਿਖਿਆ ਹੁੰਦਾ ਕਿ ਇਹਦੀ ਚੰਗਾ 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 ਕਹਿਣਾ ਕਿ ਆਪਾਂ ਮਾੜਾ ਵੀ ਕਹਿ ਸਕਦੇ ਹਾਂ ਕਿ ਜੇ ਸਾਨੂੰ ਮਾੜਾ ਲੱਗੇ ਅਨ ਬਾਇਸਡ ਰਿਵਿਊ ਹੁੰਦਾ ਤੁਸੀਂ ਉਹਨਾਂ ਨੇ ਤੁਹਾਨੂੰ ਫੋਨ ਦੇ ਦੇਣਾ ਠੀਕ ਆ ਤੇ ਤੁਸੀਂ ਜੋ ਤੁਹਾਨੂੰ ਲੱਗਦਾ ਤੁਸੀਂ ਉਹ ਕਰਨਾ ਬਟ ਹਾਂ ਇਹ ਚੀਜ਼ਾਂ ਹੁੰਦੀਆਂ ਨੇ ਵੀ ਜਿੱਦਾਂ ਮੰਨ ਲਓ ਫੋਨ ਆ ਗਿਆ ਕਿ ਫੋਨ ਦੀ ਅਨਾਉਂਸਮੈਂਟ ਡੇਟ ਹੈਗੀ ਹੈ 20 ਦੀ ਹੈ ਨ ਤੇ ਉਹਨਾਂ ਨੇ ਕਹਿਣਾ ਕਿ 20 ਤੱਕ ਤੁਸੀਂ ਇਹਦੇ ਬਾਰੇ ਪੋਸਟ ਨਹੀਂ ਕਰ ਸਕਦੇ ਫਿਰ ਕਈ ਵਾਰ ਉਹ ਉਹਨੂੰ ਕਹਿੰਦੇ ਐ ਏੰਬਾਰਗੋ ਡੇਟ ਹੈ ਨਾ ਏੰਬਾਰਗੋ ਤੋਂ ਪਹਿਲਾਂ ਤੁਸੀਂ ਪੋਸਟ ਨਹੀਂ ਕਰ ਸਕਦੇ ਏੰਬਾਰਗੋ ਵੀ ਦੋ ਤਰੀਕੇ ਦੇ ਹੁੰਦੇ ਨੇ ਇੱਕ ਹੁੰਦਾ ਹੈ ਜਦੋਂ ਏੰਬਾਰਗੋ हट ਗਿਆ ਉਦੋਂ ਤੁਸੀਂ ਕੁਝ ਵੀ ਬੋਲ ਸਕਦੇ ਕੈਮਰਾ ਦਿਖਾ ਸਕਦੇ ਕੁਝ ਵੀ ਇੱਕ ਏੰਬਾਰਗੋ ਹੁੰਦਾ ਉਹ ਜਿੱਥੇ ਤੁਸੀਂ ਬਾਕਸ ਖੋਲ ਕੇ ਦਿਖਾ ਦੇਣਾ ਵੀ ਬਾਕਸ ਵਿੱਚ ਆਹ ਫੋਨ ਆ ਆ ਚਾਰਜਰ ਆ ਪਰ ਤੁਸੀਂ ਉਹਦਾ ਔਨ ਨਹੀਂ ਕਰ ਸਕਦੇ ਉਹਨੂੰ ਇਹ ਦੋ ਤਰੀਕੇ ਦੇ ਹੁੰਦੇ ਪਰ ਅਨਬਾਇਸ ਹੁੰਦਾ ਪੇਡ ਵੀ ਹੁੰਦਾ ਹੋ ਪਰ ਉਹ ਬਹੁਤ بڑے ਲੈਵਲ ਤੇ ਉਹਨੇ ਲੈਵਲ ਤੇ ਅਜਾਪਾ ਹੈ ਨਹੀਂ ਉਹਦੇ ਲਈ 10 10 ਮਿਲੀ ਠੀਕ ਠੀਕ ਪਾਜੀ ਤੁਹਾਡੇ ਕੋ ਵਿਜ਼ਨ ਪ੍ਰੋ ਵੀ ਆ ਹੈ ਨਾ ਉਹ ਅੱਖਾਂ ਤੇ ਲਾਣ ਵਾਲੇ ਉਹ ਕਿੱਥੇ ਪਏ ਨੇ ਹੈ ਨੇ ਘਰ ਹੋਏ ਇਧਰ ਘਰੇ ਹੀ ਪਏ ਨੇ ਹਾਂ ਅੱਛਾ ਘਰੇ ਪਏ ਨੇ ਮੈਂ ਤਾਂ ਕਿਹਾ ਸੀ ਅੱਜ ਤੁਸੀਂ ਲੈ ਕੇ ਆਓ ਕਿ ਸਾਡਾ ਮੈਨੂੰ ਤੁਸੀਂ ਗੱਲ ਨਹੀਂ ਕਰੀ ਨਹੀਂ ਮੈਂ ਲੈ ਆਉਂਦਾ ਅੱਛਾ ਮੈਂ ਕਿਹਾ ਛੱਡ ਉਹ ਵੀ ਉਹਦੀ ਵੀ ਸਟੋਰੀ ਹੈ ਕਿ ਉਹ ਹਿੰਦੀ ਸਭ ਤੋਂ ਪਹਿਲੀ ਵੀਡੀਓ ਆਪਾਂ ਹੀ ਪਾਈ ਸੀ ਤੇ ਤੁਸੀਂ ਮਤਲਬ ਪੰਜਾਬੀ ਆਡੀਅੰਸ ਤੁਹਾਡੇ ਨਾਲ ਨਾਰਾਜ਼ ਨਹੀਂ ਹੁੰਦੀ ਕਿ ਪਾਜੀ ਤੁਸੀਂ ਪੰਜਾਬੀ ਹੋ ਕੇ ਹਿੰਦੀ ਬੋਲਦੇ ਪਏ ਹੋ ਬੋਗਾਲਾ ਪੈਂਦੀ ਆ ਫਿਰ ਤੁਸੀਂ ਪੰਜਾਬੀ ਚ ਕਿਹੜੀ ਵੀਡੀਓ ਬਣਾਉਣਾ ਆਬਵੀਸਲੀ ਸਿੱਧੀ ਜੀ ਗੱਲ ਦੱਸਾਂ ਤੇ ਦੇਖਿਆ ਰੇ ਮੇਰੀ ਨਾ ਲਿਵਿੰਗ ਲਈ ਮੈਂ ਕਰਦਾ ਤੇ ਜੇ ਮੈਂ ਪੰਜਾਬੀ ਚ ਕਰੂੰਗਾ ਦਾਇਰਾ ਬਹੁਤ ਛੋਟਾ ਹੋ ਜਾਣਾ ਠੀਕ ਆ ਨਾ ਹਿੰਦੀ ਚ ਇਹ ਇਹ ਆ ਯਾਰ ਦੇਖ ਜਿਨ੍ਹਾਂ ਨੂੰ ਨਹੀਂ ਪਤਾ ਜਿਹੜੇ ਪਹਿਲੀ ਵਾਰ ਦੇਖ ਰਹੇ ਨੇ ਸੀਪੀਐਮ ਨਾ ਬੜਾ ਮੈਟਰ ਕਰਦਾ ਜੇ ਮੈਂ ਇੰਗਲਿਸ਼ ਚ ਬਣਾਉਂਗਾ ਸੀਪੀਐਮ ਜਿਹੜੀ ਆ ਮੇਰੇ ਬਾਹਰਲੀ ਕੰਟਰੀ ਦੀ ਆਡੀਅנס ਹੋਊਗੀ ਹੈ ਨਾ ਮੰਨ ਲਓ ਇੰਗਲਿਸ਼ ਸਪੀਕਿੰਗ ਕੰਟਰੀ ਦੀ ਯੂਕੇ ਦੀ ਯੂਐਸ ਦੀ ਤੇ ਯਾਰ 20 ਪੰਜੀ ਡਾਲਰ ਹਜ਼ਾਰ ਵੀਊ ਤੇ ਮਿਲਦਾ ਇਸ ਟਾਈਮ ਮਿਲ ਰਿਹਾ 1.5 ਤੇ ਜੇ ਮੈਂ ਉਹ ਪੰਜਾਬੀ ਚ ਕਰ ਦੂੰਗਾ ਹੋਰ ਘਟ ਜਾਏਗਾ ਸਮਝ ਰਹੇ ਹੋ ਸਰਕਲ ਛੋਟਾ ਹੋਗਾ ਦੇਖਣ ਵਾਲੇ ਲੋਕ ਘਟ ਗਏ ਤੇ ਉਹਦਾ ਫਿਰ ਮੈਨੂੰ ਫਾਇਦਾ ਨਹੀਂ ਲੱਗਿਆ ਮੋਨਿਟਰੀ ਪਰਪਸ ਤੋਂ ਹਿੰਦੀ ਪੂਰਾ ਮੈਂ ਇੰਡੀਆ ਨੂੰ ਟਾਰਗੇਟ ਕਰ ਰਹਾ ਮੈਂ ਐਸੇ ਵੀ ਇੱਕ ਪੰਜਾਬ ਨੂੰ ਟਾਰਗੇਟ ਨਹੀਂ ਕਰ ਸਕਦਾ ਇੱਕੜਾ ਮੈਂ ਤੁਹਾਡੀ ਵੀਡੀਓ ਵੇਖਣ ਡਿਆ ਸੀ ਇੰਸਟਾਗ੍ਰam ਉੱਤੇ ਇੱਕੜਾ ਤੁਸੀਂ ਦੱਸਣ ਦੇ ਇਹ ਹੀ 8 ਲੱਖ ਦੀ ਟਾਇਲਟ 8 ਲੱਖ ਦੀ ਟਾਇਲਟ ਕਿਉਂਕਿ ਮਹਿੰਗੀ ਹੁੰਦੀ ਵੀਰ 25000 ਡਾਲਰ ਦੀ ਵੀ ਆਉਂਦੀ ਆ ਬਹੁਤ ਮਹਿੰਗੀ ਮਹਿੰਗੀ ਆਉਂਦੇ ਆ ਉਦੇ ਜਿਹਾ ਸਾਕੀ ਉਹ ਮਤਲਬ ਕਿ ਪਾਣੀ ਸਹੀ ਵਜਦਾ ਯਾਰ ਉਹ ਸਮਾਰਟ ਫੰਕਸ਼ਨੈਲਿਟੀ ਜਿੱਦਾਂ ਹੁਣ ਤੁਸੀਂ ਜੇ ਜਾਪਾਨ ਜਾਉਂਗੇ ਨਾ ਜਾਪਾਨ ਦੇ 에어ਪੋਰਟ ਤੇ ਵੀ ਜਾਉਂਗੇ ਜੇ ਉੱਥੇ ਟਾਇਲਟਸ ਦੇਖੋਗੇ ਉਹਨਾਂ ਦੇ ਵਿੱਚ ਸਾਰੇ ਸਿਸਟਮ ਆ ਹਨਾ ਤੇ ਉਹ ਸਮਾਰਟ ਟਾਇਲਟ ਬੇਸਿਕਲੀ ਉਹਨੇ ਤਾਂ ਜਿੱਦਾਂ ਹੀ ਤੁਸੀਂ ਆਉਣਾ ਆ ਉਹਦੇ ਵਿੱਚ ਸੈਂਸਰ ਲੱਗੇ ਨੇ ਇਨਫਰ 红 ਉਹਨੂੰ ਪਤਾ ਲੱਗ ਜਾਣਾ ਬੰਦਾ ਆ ਗਿਆ ਟਾਇਲਟ ਦੀ ਲਿਡ ਖੁੱਲ ਜਾਣੀ ਆ ਬਹੁਤ ਕੁਝ ਆ ਯਾਰ ਹੁਣ ਉਹਦੇ ਵਿੱਚ ਤੇ ਉਹ ਫੰਕਸ਼ਨੈਲਿਟੀ ਦਾ ਹੌਸਾ ਹਣਾ ਜਿਹੜੀ ਸੀਟ ਆ ਹੁਣ ਜਿੱਦਾਂ ਤੁਸੀਂ ਇਟਲੀ ਚ ਰਹਿੰਦੇ ਹੋ ਤੇ ਠੰਡ ਆ ਤੁਸੀਂ ਸੀਟ ਨੂੰ ਗਰਮ ਕਰ ਸਕਦਾ ਬੈਠੋ ਤੇ ਤੁਹਾਨੂੰ ਆਰਾਮ ਕੰਫਰ ਤੋ ਕਿ ਸਕਾਫ ਵੀ ਦੇਣਾ ਉਹਨੇ ਮ사ਜ ਵੀ ਕਰਦੀ ਮਾੜੀ ਮੁੱਟੀ ਮ사ਜ ਵੀ ਕਰਦੀ ਪਰ ਤੋ ਕਿ ਸਕਾਫ ਦੇਣਾ ਉਹਨੇ ਪੂਰਾ ਪਰਫਿਊਮ ਵੀ ਮਾਰ ਦੇਣਾ ਪਿੱਛੇ ਪਾਊਡਰ ਵੀ ਮਾਰ ਦੇਣਾ ਤੇਰੀ ਇੱਕ ਮੈਂ ਉਹ ਫਿਸ਼ੈਂਡ ਦੇਖਿਆ ਸੀ ਕਹਿੰਦੇ ਕਿ ਜਿੱਦਾਂ ਘਰ 'ਚ 6 ਮੈਂਬਰ ਨੇ ਹਨਾ ਤੇ ਕਿਸੇ ਦੇ ਕੋਈ ਪ੍ਰੈਫਰੈਂਸ ਆ ਕਿ ਠੰਡੀ ਰਵੇ ਕਿਸੇ ਦੀ ਕੋਈ ਪ੍ਰੈਫਰੈਂਸ ਹੈ ਕਿ ਗਰਮ ਰਵੇ ਤੇ ਤੁਹਾਡਾ ਜਦੋਂ ਤੁਸੀਂ ਆ ਗਏ ਬੰਦਾ ਨਵਾਂ ਕੋਈ ਆ ਕੇ ਬੈਠਾ ਨਾ ਉਸ ਲਈ ਉਹ ਬੰਦੇ ਦੇ ਹਿਸਾਬ ਨਾਲ ਉਹਨੇ ਕਰ ਦੇਣੀ ਸੈਟਿੰਗ ਹੀਟ ਦੀ ਜਾਂ ਕੁਛ ਵੀ ਅੱਛਾ ਪਾਜੀ ਬੈੱਡ ਵੀ ਬੜੇ ਬੜੇ ਤਰੀਕੇ ਦੇ ਆ ਗਏ ਨੇ ਸਮਾਰਟ ਬੈੱਡ ਆ ਗਏ ਨੇ ਮੈਂ ਤੁਹਾਡੀ ਵੀਡੀਓ ਵੇਖੀ ਸਮਾਰਟ ਬੈੱਡ ਵੇਹ ਲੋ ਸਾਡੇ ਕੋਲ ਇੱਕ ਮੰਝਾ ਹੁੰਦਾ ਸੀ ਭਾਜੀ ਇਦਾਂ ਦਾ ਵੇਖੋ ਮੰਝਾ ਵੇਖਿਆ ਅਰ ਦਿਸਦਾ ਪਏ ਤੁਹਾਨੂੰ ਮੰਝਾ ਵੇਖੋ ਅਸੀਂ ਤੇ ਆ ਮੰਝੇ ਵੇਖੇ ਨੇ ਨਹੀਂ ਵੀਰੇ 스마트 ਬੈਡ ਮਤਲਬ ਜੇ ਮੈਂ ਤੋਂ ਕੋਈ ਪੁੱਛੇ ਨਾ ਵੀ ਤੁਹਾਡੇ ਬੈਸਟ ਇਨਵੈਸਟਮੈਂਟ ਕਿਹੜੀ ਆ ਉਹ 스마트 ਬੈਡ ਹੀ ਕਹੂੰਗਾ ਮੈਂ ਕਿਉਂਕਿ ਦੇਖੋ ਮੇਰੇ ਹਸਾਬ ਨਾਲ ਨਾ ਦੋ ਤਿੰਨ ਚੀਜ਼ਾਂ ਤੁਹਾਡੀ ਲਾਈਫ ਚ ਬਹੁਤ ਵਧੀਆ ਹੋਣੀ ਚਾਹੀਦੀ ਇੱਕ ਤੁਹਾਡੀ ਕਾਰ ਕਿਉਂਕਿ ਤੁਸੀਂ ਜਦੋਂ ਜਾ ਰਹੇ ਹੋ ਤੁਸੀਂ ਬੋਰਿੰਗ ਕਾਰ ਚ ਨਹੀਂ ਹੋਣੀ ਚਾਹੀਦੀ ਜਿਹੜੀ ਚੀਜ਼ ਤੁਹਾਨੂੰ ਪਸੰਦ ਆ ਜੇ ਤੁਸੀਂ ਜਿੱਦਾਂ ਕਹਿੰਦੇ ਨਾ ਕਾਰ ਲੌਕ ਕਰੀ ਤੇ ਮੁੜ ਕੇ ਨਾ ਦੇਖਿਆ ਤੇ ਸਾਡੀ ਕਾਰ ਤੁਹਾਡੀ ਪਸੰਦ ਹੀ ਨਹੀਂ ਇੱਕ ਕਾਰ ਦੂਜੀ ਚੀਜ਼ ਇਹ ਆ ਕਿ ਬੈੱਡ ਤੇ ਤੁਸੀਂ ਆਪਣੀ ਲਾਈਫ ਦਾ ਹਰ ਰੋਜ਼ ਦਾ 8-9 ਘੰਟੇ ਤੁਸੀਂ ਬੈੱਡ ਤੇ ਸਪੈਂਡ ਕਰ ਰਹੇ ਹੋ ਤੇ ਵੀਰੇ ਉਹ 스마트 ਬੈੱਡ 4.5 ਲੱਖ ਦਾ ਹੁਣ ਮੈਂ ਚਲੋ ਐਕਸਪਲੇਨ ਕਰ ਸਕਦਾ ਮੈਂ 30 ਸੈਕਿੰਡ ਚ ਐਕਸਪਲੇਨ ਨਹੀਂ ਸੀ ਕਰ ਸਕਦਾ ਹੁਣ ਮੈਂ ਤੁਹਾਨੂੰ ਦੱਸ ਦਵਾਂ ਉਹਦੇ ਫਾਇਦੇ ਕੀ ਨੇ ਪਹਿਲੀ ਚੀਜ਼ ਤਾਂ ਇਹ ਆ ਕਿ ਉਹਦੇ ਨਾਲ ਹੱਬ ਆਉਂਦਾ ਹੈ ਹਨਾ ਇੱਕ ਬਹੁਤ ਬੜਾ ਹੱਬ ਐਦਾਂ ਬੜਾ ਉਹਦੇ ਵਿੱਚ ਪਾਣੀ ਪੈਂਦਾ ਆ ਉਹਨੂੰ ਮਿਕਸ ਕਰਨਾ ਹੁੰਦਾ ਆਪਾਂ ਇੱਕ ਉਹਨਾਂ ਦਾ ਕੈਮੀਕਲ ਹੋਰ ਲੱਗ ਤੋਂ ਦਿੰਦੇ ਨੇ ਉਸ ਤੋਂ ਬਾਅਦ ਨਾ ਉਹ ਪਾਣੀ ਨੂੰ ਪੰਪ ਕਰਦਾ ਆ ਕਵਰ ਦੇ ਵਿੱਚ ਜਿਹੜਾ ਮੈਟ੍ਰਸ ਮੈਟ੍ਰਸ ਵੀ ਉਹਨਾਂ ਦਾ ਹੀ ਆ ਜੇ ਤੁਸੀਂ ਚਾਹਦੇ ਮੈਟ੍ਰਸ ਵੀ ਲੈ ਸਕਦੇ ਹੋ ਨਹੀਂ ਤੇ ਸਿਰਫ ਹੱਬ ਤੇ ਕਵਰ ਲੈ ਸਕਦੇ ਹੋ ਉਹ ਤੁਸੀਂ ਫਿਰ ਆਪਣੇ ਮੈਟ੍ਰਸ ਦੇ ਉੱਪਰ ਲਾ ਲਓ ਹਨਾ ਤੇ ਉਹਦਾ ਸੀਨ ਕੀ ਆ ਉਹ ਪਾਣੀ ਨੂੰ ਪمپ ਕਰਦਾ ਤੇ ਜਿੱਦਾਂ ਮੰਨ ਲਓ ਤੁਸੀਂ ਪਏ ਹੋ ਹਨਾ ਭਾਜੀ ਤੇ ਦੋਨੋਂ ਦੋ ਬੰਦੇ ਪਏ ਬੈਠੇ ਤੇ ਤੁਸੀਂ ਕਹਿੰਦੇ ਹੋ ਜਿੱਦਾਂ ਹੁਣ ਮੈਨੂੰ ਨਾ ਗਰਮੀ ਵੱਢ ਲੱਗੀ ਮੈਂ ਆਪਣੇ ਸਾਡੇ ਨਾਲ ਪੂਰਾ ਠੰਡਾ ਕਰਕੇ ਰੱਖਦਾ ਉਹਨੂੰ ਤੇ ਮੰਨ ਲਓ ਇਹਦਾ ਦੂਜਾ ਬੰਦਾ ਪਿਆ ਉਹ ਕਹਿੰਦਾ ਮੈਨੂੰ ਗਰਮ ਚਾਹੀਦਾ ਦੋਨੋਂ ਪਾਸੇ ਨਾ ਭਾਜੀ ਅਲੱਗ-alag ਟੈਂਪਰੇਚਰ ਹੋਊਗਾ ਬੈੱਡ ਦਾ ਠੀਕ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨੇ ਹੱਥ ਦਾ ਤੁਹਾਡਾ ਬਿਹੇਵੀਅਰ ਨੋਟ ਕਰਨਾ ਕਿ ਤੁਸੀਂ ਰਾਤ ਨੂੰ ਕਿੰਨੇ ਵਾਰੀ ਘੁੰਮੇ ਕਿੱਦਾਂ ਤੁਹਾਨੂੰ ਨੀਂਦ ਆਉਂਦੀ ਹੈ ਫਿਰ ਨਾ ਉਹਨੇ ਦੇਖ ਲੈਣਾ ਹਫਤੇ ਜਿਹਨੂੰ ਪਤਾ ਲੱਗ ਜਾਣਾ ਕਿ ਇਹ ਬੰਦਾ ਐਵਰੇਜ ਇਸ ਟਾਈਮ ਤੇ ਸੌਂਦਾ ਆ ਠੀਕ ਆ ਮੰਨ ਲਓ ਤੁਸੀਂ 11 ਵਜੇ ਬੈੱਡ ਤੇ ਜਾਂਦੇ ਉਹਨੇ ਸਾਢੇ 10 ਵਜੇ ਤੋਂ ਤੁਹਾਡੇ ਬੈੱਡ ਨੂੰ ਨਾ ਉਹ ਸੇਮ ਸੈਟਿੰਗ ਤੇ ਕਰਨ ਲੱਗ ਜਾਣਾ ਜਿੱਤੇ ਤੁਹਾਨੂੰ ਡੀਪ ਸਲੀਪ ਆਉਂਦੀ ਆ ਜਿੱਦਾਂ ਹੀ ਤੁਸੀਂ ਪਾਏ ਉਹਨੇ ਹੋਰ ਕੰਫਰਟ ਕਰਕੇ ਤੁਹਾਨੂੰ 15 5-7 ਮਿੰਟ ਦੇ ਵਿੱਚ ਤੁਹਾਨੂੰ ਨੀਂਦ ਆ ਜਾਣੀ ਆ ਸਵੇਰੇ ਫਿਰ ਉਹਨੂੰ ਪਤਾ ਹੈ ਕਿ ਇਹ ਬੰਦਾ ਇਸ ਟਾਈਮ ਉੱਠਦਾ ਉਹਨੇ ਫਿਰ ਉਦਾਂ ਕਰਦੀ ਜਾਣੀ ਵੀ ਤੁਹਾਡੀ ਬੋਡੀ ਨੂੰ ਆਰਾਮ ਮਿਲੇ ਤੇ ਤੁਸੀਂ ਐਗਜ਼ੈਕਟ ਟਾਈਮ ਤੇ ਉੱਠ ਜਿਓ ਤੇ ਅਲਾਰਮ ਵੀ ਲਾ ਸਕਦੇ ਆ ਜਦ ਤੱਕ ਤੁਸੀਂ ਬੈੱਡ ਤੋਂ ਉੱਠਦੇ ਨਹੀਂ ਉਹ ਅਲਾਰਮ ਬੰਦ ਨਹੀਂ ਹੁੰਦਾ ਜਦ ਤੁਸੀਂ ਬੈੱਡ ਤੋਂ ਉੱਠ ਗਏ ਫਿਰ ਅਲਾਰਮ ਬੰਦ ਹੋਣਾ ਫਿਰ ਉਹਦੀ ਸੈਟਿੰਗ ਆਫ ਹੋ ਜਾਣੀ ਇਦਾਂ ਚੱਲਦਾ ਆ ਉਹ ਤੇ ਨਾ ਉਹ ਘੜੀ ਲਾ ਕੇ ਸੁੱਤਾ ਸੀ ਆਪਾਂ ਲਾ ਲਈ ਤੇ ਉਹਦੇ 'ਚ ਮੈਂ ਦੇਖਿਆ ਸਵੇਰੇ ਉੱਠ ਕੇ ਤੁਹਾਨੂੰ ਪਤਾ ਸਲੀਪ ਵਾਲੇ ਫੰਕਸ਼ਨ ਦਿਖ ਜਾਂਦੇ ਹਨਾ ਉਹ ਘੜੀ ਨੇ ਦੱਸਦਾ ਕਿ ਤੂੰ ਕਿਹੜੇ ਟਾਈਮ ਡੀਪ ਸਲੀਪ 'ਚ ਸੀਗਾ ਕਿਹੜੇ ਟਾਈਮ ਤੂੰ ਹਿਲਦਾ ਸੀਗਾ ਮੈਂ ਕਹਾਂ ਯਾਰ ਘੜੀ ਨੂੰ ਕਿੱਥੋਂ ਪਤਾ ਲੱਗ ਸਕਦਾ ਤੇ ਇੱਕ ਟੈਕਨੋਲੋਜੀ ਹੁੰਦੀ ਹੈ ਭਾਜੀ ਮਲ ਸੈਂਸ ਸੈਂਸਰ ਹੁੰਦੇ ਨੇ ਵੀਰੇ ਉਹ ਤੁਹਾਡੀ ਨਬਜ਼ ਵਗੈਰਾ ਸਾਰੀ ਚੀਜ਼ਾਂ ਨੂੰ ਐਨਲਾਈਜ਼ ਕਰਦੇ ਰਹਿੰਦੇ ਕਿਉਂਕਿ ਜਦੋਂ ਆਪਾਂ ਸੌਂਦੇ ਆ ਆਪਣਾ ਹਾਰਟ ਰੇਟ ਵੀ ਘਟ ਜਾਂਦਾ ਆ ਸਾਰੀ ਚੀਜ਼ਾਂ ਨੂੰ ਪੈਟਰਨ ਨੂੰ ਨੋਟ ਕਰਦਾ ਆ ਹੁਣ ਜਿੱਦਾਂ ਉਹ ਬੈਡ ਆ ਉਹ ਹਰ ਚੀਜ਼ ਨੂੰ ਨੋਟ ਕਰ ਲੈਂਦਾ ਈਵਨ ਜਿਹੜੀ ਸਮਾਰਟ ਰਿੰਗਸ ਆ ਰਹੀਆਂ ਹੁਣ ਜਿਹੜਾ ਜਿਹੜੇ ਹੁਣ ਨੈਕਸਟ 10 ਇਅਰਸ ਹੋਣਿਆ ਨਾ ਉਹ 스마트 ਵੇਅਰੇਬਲਸ ਦੇ ਹੀ ਹੋਣੇ ਆ ਕਿਉਂਕਿ ਹਾਲ ਤੱਕ ਪਿਛਲੇ 10 ਸਾਲਾਂ ਚ ਆਪਣਾ ਆਪਾਂ ਫੋਨਸ ਦਾ ਐਵੋਲੂਸ਼ਨ ਦੇਖਿਆ ਵੀ ਫੋਨ 10 ਸਾਲ ਪਹਿਲਾਂ ਕਿੰਨੇ ਸੜੇ ਜਿਹੇ ਫੋਨ ਹੁੰਦੇ ਸੀ ਹੁਣ ਦੇਖੋ ਕਿੰਨੇ ਘੈਂਟ ਨੇ ਹਨਾ ਹੁਣ ਜਿਹੜਾ ਸਾਰਾ ਫੋਕਸ ਆਉਣਾ ਹੈ ਉਹਨਾ ਰਿੰਗਸ ਤੇ ਗਲਾਸੇਸ ਤੇ ਪਾਉਣ ਵਾਲੀ ਚੀਜ਼ਾਂ ਤੇ ਆਉਣਾ ਜਿਵੇਂ ਦਾ ਹੁਣ ਵਿਜ਼ਨ ਪ੍ਰੋ ਆ ਉਹ ਫਸਟ ਜਾਨਾ ਉਹ ਬਹੁਤ ਵੱਡਾ ਆ ਬਹੁਤ ਮਹਿੰਗਾ ਆ ਬਟ ਹੌਲੀ ਹੌਲੀ ਉਹਨੇ ਐਂਡ ਕਦੀ ਸ਼ੇਪ ਚ ਆ ਜਾਣਾ ਥੋੜੇ ਟਾਈਮ ਤੱਕ ਹਨਾ ਫਿਰ ਉਹ ਕਾਮਨ ਹੋ ਜਾਏਗਾ ਹੁਣ ਜਿਹਦਾ 스마트 ਰਿੰਗਸ ਨੇ ਮੇ ਕੋਲ ਇੱਕ ਪਈ ਆ ਮੈਂ ਤੁਹਾਨੂੰ ਦਿਖਾਣਾ ਦਿਖਾਓ ਦਿ Samsung ਦੀ AI ਨਵੀਂ ਆਸੰਦਿਆ ਅੱਜ ਆਗਸਟ 10 ਆ ਤੇ ਬਟ ਆ ਦੇਖੀ AI ਵਾਲਾ ਕੈਮਰਾ ਕਿੰਨਾ ਵਧੀਆ ਵੈ ਬੀ ਗਮ ਭਾਜੀ ਇਧਰ ਨੂੰ ਹੋ ਰਹੇ ਨੇ ਉਹ ਕੈਮਰਾ ਉਧਰ ਨਹੀਂ ਜਾਇਆ ਇਹ ਰੇਂਗਾ ਵੀਰੇ ਤੁਸੀਂ ਇਹਨੂੰ ਪਾ ਲੈਣਾ ਇਹ 7 ਦਿਨ ਚੱਲਦੀ ਹੈ ਇੱਕ ਚਾਰਜ ਤੇ ਹਨਾ ਇਹਨਾਂ ਤੁਹਾਡੀ ਕੱਲਾ ਕੱਲੇ ਚੀਜ਼ ਨੋਟਿਸ ਕਰਨੀ ਹੈ ਵੀ ਤੁਸੀਂ ਕਿਦਾਂ ਸੁੱਤੇ ਹਰਟ ਰੇਟ ਕੀ ਹੈ ਜੇ ਤੁਹਾਨੂੰ ਕੁਝ ਵੀ ਪ੍ਰੋਬਲਮ ਆ ਰਹੀ ਹੈ ਸਰੀਰ 'ਚ ਨੇ ਹਰੇਕ ਚੀਜ਼ ਨੂੰ ਰੈਕਗਨਾਈਜ਼ ਕਰਨਾ ਇਦਾਂ ਦੇ ਰੈਂਗਸ ਹੁਣ ਅੱਗੇ ਅੱਗੇ ਵਧਦੀਆਂ ਜਾਣੇ ਹਜੇ ਥੋੜੀ ਜਿਹੀ ਥੱਕ ਜਾਂ ਤੁਸੀਂ ਡਰਾਈਵ ਕਰਦੇ ਹੋ ਤੁਹਾਨੂੰ ਥੋੜੀ ਜਿਹੀ ਅਨਕੰਫਰਟੇਬਲ ਲੱਗਦੀ ਹੈ ਬਟ ਮੈਂ ਨੂੰ ਯੂਜ਼ ਕਰਦਾ ਹਾਂ ਏਵਰੀ ਡੇ ਹੁਣ ਚਾਰਜ ਤੇ ਲਾਈ ਹੋਈ ਆ ਇਹ ਜਿਹੜਾ ਕੇਸ ਆ ਹਨਾ ਇੱਕ ਵਾਰ ਚਾਰਜ ਹੋਏ ਤੇ 18 ਬਾਰੀ ਰਿੰਗ ਨੂੰ ਫੁੱਲ ਚਾਰਜ ਕਰ ਦਿੰਦਾ ਤੇ 7 ਦਿਨ ਰਿੰਗ ਚੱਲਦੀ ਯਾਨੀ 18 ਤੁਹਾਡਾ 18 ਹਫ਼ਤੇ 18 ਹਫ਼ਤੇ ਇੱਕ ਚਾਰਜ ਨਾਲ ਇਹ ਤਾਂ ਹੁਣ ਹੋਰ ਬਹੁਤ ਵੇਰੀਏਬਲਸ ਆਉਣੇ ਨੇ। ਅੱਛਾ ਇਹ ਹੈਪੀ ਵੀਰੇ ਇਹ ਜਿਹੜੀ ਤੁਸੀਂ ਮੰਦਰੀ ਦੀ ਗੱਲ ਕਰਨ ਦੇ ਹੋ ਐਸ ਮੰਦਰੀ ਦੇ ਨਾਲ ਆਪਾਂ ਕੀ ਕੀ ਕਰ ਸਕਦੇ ਆ ਫੋਨ 'ਚ? ਇਹ ਫਾਇਦੇਮੰਦ ਹੈ? ਇਹਦੇ ਨਾਲ ਹਾਂਜੀ ਫਾਇਦੇਮੰਦ ਤੇ ਹੈ। ਡੈਫੀਨਿਟਲੀ ਫਾਇਦੇਮੰਦ ਹੈ। ਇਹਦੇ ਨਾਲ ਤੁਸੀਂ ਸਭ ਤੋਂ ਪਹਿਲਾਂ ਤਾਂ ਆਪਣਾ ਨੀਂਦ ਦਾ ਜਿਹੜਾ ਸਕੇਡਿਊਲ ਆ ਉਹ ਨੋਟ ਕਰ ਸਕਦੇ ਹੋ ਕਿਉਂਕਿ ਕਈ ਲੋਕ ਕਨੂੰ ਨਹੀਂ ਪਤਾ ਬਟ ਨੀਂਦ ਜਿਹੜੀ ਇਹ ਜੀ ਚੀਜ਼ ਆ ਨਾ ਜੇ ਤੁਸੀਂ ਅੱਠ ਬੰਦੇ ਕਹਿੰਦੇ ਨਾ ਮੈਂ 5 ਘੰਟੇ ਦੀ ਨੀਂਦ ਲਈ ਤੇ ਮੈਂ ਤੇ ਬਾਲਾ ਗੋਡਾ ਬਟ 8 hours ਦੀ ਸਲੀਪ ਯਾਰ ਮਸਟ ਆ ਉਹਦੇ ਕੋਈ ਰਿਪਲੇਸਮੈਂਟ ਹੀ ਤੁਹਾਨੂੰ ਅੱਜ ਨਹੀਂ ਪਤਾ ਲੱਗਣਾ ਪਰ ਤੁਹਾਨੂੰ ਅਸਲ 10 20 ਸਾਲ ਬਾਅਦ ਪਤਾ ਲੱਗਣਾ ਜਦੋਂ ਬਿਮਾਰੀਆਂ ਨੇ ਫੜ ਲਿਆ ਨੀਂਦ ਤੁਹਾਡੀ ਜਿਹੜੀ ਇਹ ਜੀ ਚੀਜ਼ ਆ ਨੀਂਦ ਨਹੀਂ ਤੁਸੀਂ ਮਿਸ ਕਰੋ ਨੀਂਦ ਆਪਣੀ ਪੂਰੀ ਲਓ ਤੇ ਉਹਦੇ ਚ ਹੈਲਪ ਕਰਦੀ ਆ ਉਸ ਤੋਂ ਇਲਾਵਾ ਤੁਸੀਂ ਆਪਣਾ ਹਾਰਟ ਰੇਟ ਵਗੈਰਾ ਜਿਹੜਾ ਹੈ ਉਹ 60 ਟਾਂ ਚੱਲਦਾ ਨਾ ਬਲੱਡ ਆਕਸੀਜਨ ਮੋਨਿਟਰ ਜਿਹੜਾ ਹੈ ਜਦੋਂ ਆਪਾਂ ਹਸਪੀਟਲ ਜਾਂਦੇ ਆ ਬ੍ਰੀਥ ਚੈੱਕ ਨਹੀਂ ਕਰਦੇ ਸਾਹ ਕਿੰਨਾ ਚੱਲ ਰਿਹਾ ਆਕਸੀਜਨ ਵਾਲਾ ਉਹ ਲਾ ਕੇ ਹੁੰਦੇ ਤੇ ਉਹ ਵੀ ਲੱਭੇ ਚ ਹਾਂ ओवी ਦੇ ਵਿੱਚ ਹੀ ਆ ਇਦਾਂ ਦੇ ਬਹੁਤ ਸਾਰੇ ਫੀਚਰਸ ਨੇ ਜੋ ਤੁਹਾਡੀ ਡੇਲੀ ਲਾਈਫ ਦੇ ਵਿੱਚ ਹੈਲਪ ਬਹੁਤ ਕਰਦੇ ਨੇ ਤੇ ਜੇ ਮੰਨ ਲਓ ਕੋਈ ਸੀਰੀਅਸ ਇਹਨੂੰ ਲੱਗ ਰਿਹਾ ਤੁਹਾਨੂੰ ਇੱਕ ਨੋਟੀਫਿਕੇਸ਼ਨ ਵੀ ਆ ਜਾਂਦਾ ਵੀ ਪਲੀਜ਼ ਸੀ ਯਰ ਡਾਕਟਰ ਅੱਛਾ ਹਾਂਜੀ ਤੇ ਜਦੋਂ ਤੁਸੀਂ ਹਾਂਜੀ ਜਦੋਂ ਤੁਸੀਂ ਜੈਮ ਚੋਂ ਤਾਂ ਜੈਮ ਚ ਵੀ ਤੁਹਾਨੂੰ ਨੋਟੀਫਿਕੇਸ਼ਨ ਆਂਦੇ ਹੋ ਜੇ ਤੁਹਾਡਾ ਹਾਰਟ ਰੇਟ ਜ਼ਿਆਦਾ ਐਲੀਵੇਟ ਹੋ ਗਿਆ ਤੇ ਤੁਸੀਂ ਕਹਿੰਦੇ ਸਲੀਪ ਬੜੀ ਜ਼ਰੂਰੀ ਹੈ ਭਾਜੀ ਮੋਦੀ ਸਾਹਿਬ ਕਹਿੰਦੇ ਮੈਂ ਤਾਂ ਸਿਰ ਚਾਰ ਘੰਟੇ ਸੌਂਦਾ ਉਹ ਦੇਸ਼ ਚਲਾਈ ਜਾਂਦੇ ਚਲੋ ਜਿੰਨੇ ਚਲਾਉਣਾ ਚਲਾਏ ਜੋ ਭਰਾ ਉਹ ਧੱਕੜ ਬੰਦਾ ਉਹਦੀ ਰਿਸਾਪਾ ਥੋੜੀ ਕੰਨੇ ਆਪਾਂ ਮਾਤੜ ਤੇ ਪਾ ਜੀ ਇੱਕ ਤੁਸੀਂ ਜਿੱਦਾ ਕਿਹਾ ਜੇ ਅਗਲੇ 10 ਸਾਲ ਹੁਣ ਵੇਅਰੇਬਲਸ ਦਾ ਜਮਾਨਾ ਆਉਣਾ ਹੈ ਪਰ ਇੱਕ ਨੇ ਲੋਕਾਂ ਨੂੰ ਬੜੀ ਕੰਪਲੇਂਟ ਹੈ ਪਾ ਜੀ ਕਿ ਆਈਫੋਨ ਹਰ ਸਾਲ ਆਉਂਦਾ ਹੈ ਪਰ ਕਹਿੰਦੇ ਯਾਰ ਇਤ ਵਿੱਚ ਕੋਈ ਨਵਾਂ ਫੰਕਸ਼ਨ ਹੀ ਨਹੀਂ ਹੈਗਾ ਉਹ ਸੇਮ ਹੀ ਬਸ ਪਾਈ ਜਾਂਦੇ ਨੇ ਫਿਰ ਸ਼ੇਪ ਸ਼ੂ ਬਦਲ ਜਾਂ ਸ਼ੇਪ ਉਹ ਨਹੀਂ ਬਦਲਦੇ ਹੁੰਦੇ ਆਈ ਸਵਰ ਮੈਨੂੰ ਪਤਾ ਸੀ ਤੁਸੀਂ ਆ ਚੀਜ਼ ਪੁੱਛਣੀ ਪੁੱਛਣਿਆ ਹੁਣ ਯਾਰ ਪਤਾ ਚੱਕਰ ਕੀ ਵੀਰੇ ਦੇਖੋ ਅੱਜ ਤੋਂ 10 ਸਾਲ ਪਹਿਲਾਂ ਚੱਲੀ ਹੈ ਹਨਾ ਉਦੋਂ ਨਾਲ ਫੋਨ ਨਵੇਂ-ਨਵੇਂ ਆਏ ਸੀ ਜਿਦਾਂ ਉਹ ਮੰਨ ਲਓ ਇੱਕ ਐਗਜ਼ਾਮਪਲ ਲੈਂਦੇ ਆ ਵਿਜ਼ਨ ਪ੍ਰੋ ਆ ਹੁਣ ਵਿਜ਼ਨ ਪ੍ਰੋ ਜਦੋਂ ਅਗਲੀ ਜਨਰੇਸ਼ਨ ਆਊਗੀ ਬਹੁਤ ਚੇਂਜੇਸ ਹੋਣਗੇ ਕਿਉਂਕਿ ਉਹ ਵੀਰੇ ਨਵਾਂ ਪ੍ਰੋਡਕਟ ਆ ਹੁਣ ਯਾਰ ਇੱਕ ਆਈਫੋਨ ਆ ਜਾਂ ਇੱਕ ਸੈਮਸੰਗ ਦਾ ਫੋਨ ਆ ਆਲਰੇਡੀ ਇੰਨਾ ਰਿਫਾਈਨਡ ਉਹਨੂੰ ਹੋਰ ਕਿੰਨਾ ਕੁ ਰਿਫਾਈਨ ਕਰ ਲਵੋਗੇ ਤੁਸੀਂ ਹੁਣ ਤਾਂ ਕੰਪਨੀਆਂ ਨੈਕੋਂ ਨੈਕ ਚੱਲ ਰਹੀਆਂ ਵੀਰੇ ਹੁਣ ਤਾਂ ਬਸ ਇੰਨਾ ਕੀ ਆ ਕਿ ਥੋੜਾ ਜਿਹਾ ਜ਼ਿਆਦਾ ਹੋਰ ਸਟੇਬਲਾਈਜੇਸ਼ਨ ਦੇਤੀ ਕਿ ਵੀਡੀਓ ਹੋਰ ਵਧੀਆ ਹੋ ਜਾਏ ਬੈਟਰੀ ਥੋੜੀ ਹੋਰ ਵੱਜੇ ਪਰ ਇਦਾਂ ਦਾ ਕੁਝ ਨਹੀਂ ਹੁਣ ਕੰਪਨੀ ਕਰ ਸਕਦੀ ਕਿ ਬ੍ਰੇਕਥਰੂ ਹੀ ਹੋ ਜਾਏ ਕਿ ਯਾਰ ਪੂਰਾ ਚੇਂਜ ਹੀ ਹੋ ਜੇ ਸੇ ਇਦਾਂ ਕੁਝ ਨਹੀਂ ਹੁੰਦਾ ਪਰ ਜੇ ਤੁਸੀਂ ਅੱਜ ਵੀ ਅਸ ਤੋਂ 3 ਸਾਲ ਪਹਿਲਾਂ ਵਾਲਾ ਆਈਫੋਨ ਤੇ ਹੋਣ ਵਾਲਾ ਆਈਫੋਨ ਨਾਲ ਨਾਲ ਰੱਖ ਕੇ ਚਲਾਓਗੇ ਨਾ ਤੁਹਾਨੂੰ ਵੀਡੀਓ ਜ਼ਮੀਨ ਅਸਮਾਨ ਦਾ ਅੰਤਰ ਦਿਖੂਗਾ ਪਰ ਉਹ ਤਾਂ ਕਹਿੰਦੇ ਭਾਈ ਪੁਰਾਣਾ ਆਈਫੋਨ ਨਾ ਨਵੇਂ ਸੌਫਟਵੇਅਰ ਪਾ ਕੇ ਆਪੇ ਸਲੋ ਕਰ ਦਿੰਦੇ ਨੇ ਕਿ ਚੱਲਿਆ ਰਹੀ ਤੇ ਇਹ ਵੀ ਬੜਾ ਐਪਲ ਦੇ ਕਾਂਸਪੀਰੇਸੀਆ ਨੇ ਵੀਰੇ ਚੱਲੀ ਹੋ ਜਾਣੀਆਂ ਨੇ ਇਹਦੇ ਤੇ ਆਪਾਂ ਚਲੋ ਕੁਝ ਪਰ ਨਹੀਂ ਐਪਲ ਨੇ ਭਾਈ ਪਿੱਛੇ ਜੇ ਐਪਲ ਨੇ ਪਿੱਛੇ ਜੇ ਪੈਸੇ ਵੀ ਦਿੱਤੇ ਨਾ ਕਿ ਉਹਨਾਂ ਨੇ ਜਾਣ ਬੁੱਝ ਕੇ ਬੈਟਰੀ ਸਲੋ ਕੀਤੀ ਸੀ ਆਪਾਂ ਨੋ ਡਾਊਟ ਕਰਦੇ ਹੋਣਗੇ ਯਾਰ ਉਹ ਬ੍ਰਾਂਡ ਆ ਉਹਨੇ ਵੀ ਤਾਂ ਆਪਣਾ ਪ੍ਰੋਡਕਟ ਵੇਚਣਾ ਆ ਹੁਣ ਇੱਕ ਟ੍ਰਿਲੀਅਨ ਦੀ ਕੰਪਨੀ ਐ ਇਦ ਥੋੜੀ ਜਿਹੀ ਬਦਮਾਸ਼ੀ ਤੇ ਸਾਰਿਆਂ ਨੂੰ ਹੀ ਕਰਨੀ ਪੈਂਦੀ ਆ ਕਿਸੇ ਨਾ ਕਿਸੇ ਤਰੀਕੇ ਨਾਲ ਭਾਜੀ ਕੁਝ ਬੋਲਣਾ ਨਹੀਂ ਚਾਹੁੰਦੇ ਐਪਲ ਤੇ ਮੈਂ ਨਹੀਂ ਨਹੀਂ ਮੈਂ ਬੋਲਣ ਦੀ ਬੋਲ I swear like ਮੇਰੀ ਇਦਾਂ ਦੀ ਕੋਈ ਗੱਲ ਨਹੀਂ ਦਾ ਥਿੰਗ ਇਜ਼ ਵੀ ਕਰਦੇ ਹੋਣਗੇ ਮੈਂ ਇਹ ਚੀਜ਼ ਨੂੰ ਐ ਨਹੀਂ ਕਹਿੰਦਾ ਕਿ ਨਹੀਂ ਕਰਦੇ ਹੋਣੇ ਬੜੀ ਤਾਂ ਕੋਈ ਪ੍ਰੂਫ ਨਹੀਂ ਹੈਗਾ ਬਟ ਦਾ ਅਦਰ ਥਿੰਗ ਇਜ਼ ਅਦਰ ਥਿੰਗ ਇਜ਼ ਮੈਂ ਇੱਕ ਚੀਜ਼ ਹੋਰ ਕਲੀਅਰ ਕਰ ਦਿੰਦਾ ਕਿ ਜਿਹੜੀ ਬੈਟਰੀ ਹੈਲਥ ਨੂੰ ਲੈ ਕੇ ਪ੍ਰੋਬਲਮ ਲੋਕੀ ਬੋਲਦੇ ਨੇ ਕਿ ਬੈਟਰੀ ਹੈਲਥ ਬੜੀ ਛੇਤੀ ਘੱਟ ਜਾਂਦੀ ਆ ਦਾ ਥਿੰਗ ਇਜ਼ ਵੀ ਆ ਜਦੋਂ ਹੁਣ ਮੰਨ ਲਓ ਬਾਈ ਚਾਹ ਪੀ ਰਿਹਾ ਹੁਣ ਉਹਦਾ ਕੱਪ ਐ ਜੋ ਚਾ ਪੀਏਗਾ ਕੱਪ ਜੋ ਚਾ ਖਤਮ ਹੁੰਦੀ ਜਾਏਗੀ ਨਾ ਉਵੇਂ ਬੈਟਰੀ ਆ ਬੈਟਰੀ ਵੀਰੇ ਚਾਹੇ ਗੱਡੀ 'ਚ ਹੋਵੇ ਚਾਹੇ ਕਿਸੇ ਵੀ ਚੀਜ਼ੋ ਬਣੇ ਡੀਗ੍ਰੇਡ ਹੋਣਾ ਹੀ ਆ ਜਿੱਦਾਂ ਆਪਾਂ ਉਹਨੂੰ ਯੂਜ਼ ਕਰਾਂਗੇ ਉਹਨੇ ਡੀਗ੍ਰੇਡ ਹੋਨੇ ਐਪਲ ਦਾ ਇਹ ਆ ਕਿ ਐਪਲ ਸ਼ੋਅ ਕਰ ਦਿੰਦਾ ਸੈਮਸੰਗ ਵਾਲੇ ਸ਼ੋਅ ਨਹੀਂ ਕਰਦੇ ਬੈਟਰੀ ਹਰ ਫੋਨ ਦੀ ਡੀਗ੍ਰੇਡ ਹੁੰਦੀ ਆ ਤੇ ਜੇ ਤੁਸੀਂ ਮੰਨ ਲਓ ਹੁਣ ਕਾਰ ਚਲਾ ਰਹੇ ਹੋ ਡੈਸ਼ਬੋਰਡ ਦੇ ਉੱਤੇ ਤੁਸੀਂ ਫੋਨ ਰੱਖੇ ਤੇ ਸਿੱਧੀ ਧੁੱਪ ਪੈ ਰਹੀ ਆ ਤੇ ਬੈਟਰੀ ਤੇ ਹੈਲਥ ਹੋਣੀ ਆ ਇੱਕ ਤਾਂ ਫੋਨ ਚੱਲ ਰਿਹਾ ਵੈਸੇ ਹੀ ਗਰਮ ਆ ਉੱਤੋਂ ਹੀ ਤੇ ਗਰਮ ਧੁੱਪ ਪੈ ਰਹੀ ਆ ਸੋ ਉਹ ਤੇ ਪ੍ਰੋਬਲ ਠੀਕ ਹੈ ਤੇ ਜਾਨੀ ਕਿ ਅੱਛਾ ਆ ਵੇ ਲੋ ਫਰਕ ਕਿੰਨਾ ਪੈਂਦਾ ਮੈਂ ਆਡੀਅੰਸ ਨੂੰ ਦੱਸਦਾ ਕਿ ਕਈ ਨਾ ਆਡੀਅੰਸ ਨੂੰ ਨਹੀਂ ਪਤਾ ਹੁੰਦਾ ਹਰ ਚੈਨਲ ਨਾ ਡਿਪੈਂਡ ਹੁੰਦਾ ਹੈ ਜਿਹੜਾ ਬੰਦਾ ਮੋਬਾਈਲ ਦਿਖਾ ਰਿਹਾ ਹੈ ਉਹਦੇ ਪੈਸੇ ਵਾਖ ਨੇ ਵਧ ਨੇ ਜਿਹੜਾ ਬੰਦਾ ਪੜ੍ਹਾਈ ਦੀ ਐਜੂਕੇਸ਼ਨਲ ਵੀਡੀਓ ਬਣਾ ਰਿਹਾ ਉਹਦੇ ਪੈਸੇ ਵਧਦੇ ਜਿਹੜਾ ਬੰਦਾ ਚਵਲਾ ਮਾਰ ਰਿਹਾ ਉਹਦੇ ਘਟ ਨੇ ਸਭ ਤੋਂ ਘੱਟ ਮਿਊਜ਼ਿਕ 'ਚ ਮਿਲਦੇ ਆ ਤੇ ਵਲੌਗ 'ਚ ਮਿਲਦੇ ਆ ਕਿਉਂਕਿ ਉਹਦੀ ਆਡੀਅੰਸ ਇਦਾਂ ਦੀ ਹੁੰਦੀ ਹੈ ਜਿਹੜੀ ਜਦੋਂ ਹੁਣ ਮਿਊਜ਼ਿਕ ਆਪਾਂ ਨੇ ਚਲਾ ਲਿਆ ਉਹ ਚੱਲੀ ਜਾਣਾ ਰਾਈਟ ਤੁਸੀਂ ਗੱਡੀ ਚਲਾ ਰਹੇ ਤੁਸੀਂ ਮਿਊਜ਼ਿਕ ਲਾਇਆ ਹੋਇਆ ਚੱਲੀ ਜਾ ਰਹਾ ਬਟ ਐਕ ਜਿਹੜਾ ਇਦਾਂ ਦੀ ਚੀਜ਼ ਆ ਐਕ ਹੋ ਗਿਆ ਕਾਰ ਹੋ ਗਈ ਜਿਹਦੇ ਵਿੱਚ ਇੰਟਰਸਟ ਆ ਉਹਨੇ ਦੇਖਣਾ ਤੇ ਉਹਨੇ ਉਹ ਪੂਰੀ ਦੇਖਣੀ ਆ ਤੇ ਮੋਸਟ ਪ੍ਰੋਬਬਲੀ ਜਿੱਦਾਂ ਹੁਣ ਫਾਈਨਾਂਸ ਵੀ ਲਾ ਲਓ ਜੇ ਹੁਣ ਮੰਨ ਲਓ ਕੋਈ ਫਾਈਨਾਂਸ ਵਾਲੀ ਵੀਡੀਓ ਦੇਖ ਰਿਹਾ ਤਾਂ ਹੀ ਦੇਖ ਰਿਹਾ ਕਿਉਂਨੇ ਇਨਵੈਸਟ ਕਰਨਾ ਆ ਉਹਦੇ ਦਿਮਾਗ 'ਚ ਉਹ ਚੀਜ਼ ਹੈਗੀ ਆ ਤੇ ਮੇਬੀ ਕਿਸੇ ਦੀ ਵੀਡੀਓ ਦੇਖ ਕੇ ਉਹ ਇਨਵੈਸਟ ਵੀ ਕਰ ਲੇ ਕਿਸੇ ਪ੍ਰੋਗਰਾਮ 'ਚ ਤਾਂ ਕਰਕੇ ਉੱਥੇ ਐਡਸ ਵੀ ਮਹਿੰਗੇ ਹੁੰਦੇ ਨੇ ਤੇ ਸਭ ਤੋਂ ਜ਼ਿਆਦਾ ਡਿਪੈਂਡ ਕਰਦਾ ਆ ਐਡ ਰੇਟ ਤੁਹਾਡੀ ਜੀਓਗ੍ਰਾਫੀ ਤੇ ਵੀ ਤੁਹਾਡੀ ਆਡੀ ਜੇ ਤੁਸੀਂ ਇੰਗਲਿਸ਼ ਸਪੀਕਿੰਗ ਹੋ ਤਾਂ ਚਾਂਸਸ ਇਹ ਹੀ ਨਹੀਂ ਕਿ ਤੁਹਾਡੀ ਸੀਪੀਐਮ ਬਹੁਤ ਹਾਈ ਹੋਊਗੀ ਫਾਰ ਐਨ ਐਗਜ਼ਾਮਪਲ ਜੇ ਤੁਸੀਂ 1 ਮਿਲੀਅਨ 뷰 ਦੀ ਗੱਲ ਕਰੋ ਇੰਡੀਆ ਚ 800000 ਡਾਲਰ ਬਣ ਜਾਣਗੇ 2000 ਬਣ ਜੂਗਾ ਮੈਕਸ ਟੂ ਮੈਕਸ ਜੇ ਅਮਰੀਕਾ ਦੀ ਗੱਲ ਕਰੀਏ ਵੀਰੇ ਸਟਾਰਟ ਹੀ 5-7000 ਤੋਂ ਹੁੰਦਾ ਉੱਤੇ 30-35 ਤੱਕ ਵੀ ਬਣ ਜਾਂਦਾ ਹੈ ਡਿਪੈਂਡ ਤੁਹਾਡੀ ਨੀਸ਼ ਕੀ ਹੈ ਨੀਸ਼ ਕਹਿੰਦੇ ਨੇ ਵੀ ਤੁਸੀਂ ਜਿਹੜਾ ਟਾਈਪ ਬਣਾ ਰਹੇ ਹੋ ਵੀਡੀਓ ਜਿੱਦਾਂ ਮੇਰੀ ਨੀਸ਼ ਟੈਕ ਹੈ ਬਾਇਓਨੀ ਰੋਸਟਰ ਨੇ ਇਦਾਂ ਨੀਸ਼ ਜਿਹੜੀ ਹੁੰਦੀ ਹੈ ਉਹਦੇ ਤੇ ਵੀ ਡਿਪੈਂਡ ਕਰਦਾ ਆ ਹਾਂ ਇਹ ਇੱਕ ਨਾ ਬੜਾ ਬੇਸਿਕ ਜ ਕਿ ਬੰਦੇ ਨਾ ਸਾਡੇ ਬੰਦੇ ਕਨਫਿਊਜ਼ ਬਹੁਤ ਹੋ ਜਾਂਦੇ ਨੇ ਕਿ ਆਈਫੋਨ ਲਵਾਂ ਸੈਮਸੰਗ ਲਵਾਂ ਤੁਸੀਂ ਤੇ ਇਹ ਫੋਨਾਂ ਦੇ ਵਿੱਚ ਰਹਿੰਦੇ 24 ਘੰਟੇ ਤੁਸੀਂ ਦੱਸ ਸਭ ਤੋਂ ਬੈਸਟ ਫੋਨ ਕਿਹੜਾ ਹੈ ਐਪਲ ਦਾ ਕਿ ਸੈਮਸੰਗ ਦਾ ਗੂਗਲ ਵੀ ਹੈ ਗੂਗਲ ਵੀ ਹੈਗਾ ਗੂਗਲ ਵੀ ਹੈ ਇਸ ਚ ਗੂਗਲ ਗੂਗਲ ਵਿਚਾਰ ਕੇ ਨੇ ਇੰਟਰਨੈਟ ਬਣਾਇਆ ਉਹਦੀ ਨਾਂ ਵੀ ਲੋ ਅੱਛਾ ਚਲੋ ਉਹ ਆਇਆ ਵੇ ਇੰਨਾ ਲੋਕਾਂ 'ਚ ਜਿੰਨਾ ਕਮਸ਼ੋਰ ਨਹੀਂ ਹੈ ਮਤਲਬ ਸ਼ੋਰ ਨਹੀਂ ਹੈਗਾ ਪਰ ਗੂਗਲ ਦਾ ਫੋਨ ਹੈ 8a pro ਦੇਖੋ ਟੂ ਬੀ ਆਨਸ ਅਸ ਦਿ ਟਾਈਮਸ ਨਾ ਹੁਣ ਤੁਹਾਡੇ ਤੇ ਆ ਮਤਲਬ ਇਹ ਤੁਸੀਂ ਕਹੋਗੇ ਹਲੇ ਤਾਂ ਬਾਈ ਨੇ ਫੇਰ ਸਾਲਾ ਉਹੀ ਦੇਤਾ ਵੀ ਦੱਸਿਆ ਹੀ ਕੁਛ ਨਹੀਂ ਪਰ ਦਾ ਥਿੰਗ ਇਸ ਵੀ ਹੁਣ ਤੁਹਾਡੇ ਤੇ ਆ ਜਿੱਦਾਂ ਮੈਂ ਆਪਣੇ ਮੈਂ ਤੁਹਾਨੂੰ ਇੱਕ ਸਿਨੈਰੀਓ ਦੇ ਦਿੰਦਾ ਇਹ ਤਾਂ ਤੁਸੀਂ ਬੈਟਰ ਸਮਝ ਸਕਦੇ ਆ ਦੇਖੋ ਜਿਹੜਾ ਇਕੋਸਿਸਟਮ ਤੇ ਬੜੀ ਚੀਜ਼ ਡਿਪੈਂਡ ਕਰਦੀ ਹੈ ਜਿੱਦਾਂ ਹੁਣ ਮੰਨ ਲਓ ਮੈਂ 에ਅਰਪੋਡ ਲਾਇਏ ਨੇ ਮੈਂ ਮੈਕ ਤੇ ਗੱਲ ਕਰ ਰਿਹਾ ਮੇਰੇ ਕੋਲ ਆਈਫੋਨ ਆ ਹੁਣ ਜੇ ਮੰਨ ਲਓ ਮੈਂ ਨਾ ਆਪਣਾ ਫੋਨ ਚੱਕੂਗਾ ਮੈਂ ਜਿੱਦਾਂ ਹੀ ਫੋਨ ਔਨ ਕਰੂੰਗਾ ਮੇਰੇ ਹੈੱਡਫੋਨ ਇਥੇ ਸਵਿਚ ਹੋ ਜਾਣੇ ਹੈਨਾ ਮੇਰਾ ਸਾਰਾ ਇਕੋਸਿਸਟਮ ਉਦਾਂ ਜਿੱਦਾਂ ਮੰਨ ਲਓ ਹੁਣ ਮੈਂ ਵੀਡੀਓਗ੍ਰਾਫਰ ਆ ਮੈਂ ਯੂਟਿਊਬਰ ਆ ਮੈਂ ਵੀਡੀਓ ਬਣਾਉਣਾ ਮੈਂ 에어ਡ੍ਰੌਪ ਕਰ ਨਹੀਂ ਸਿੱਧਾ ਮੈਕ ਤੇ ਕਰੂੰ ਜੇ ਮੇਰੇ ਕੋਲ ਵਿੰਡੋਜ਼ ਹੋਊਗਾ ਤਾਂ ਮੈਨੂੰ 100 ਘੰਟੇ ਕੱਢਣੇ ਪੈਣੇ ਆ ਮੈਂ ਪਹਿਲਾਂ ਡਰਾਈਵ ਤੇ ਪਾਵਾਂ ਜਾਂ ਟ੍ਰਾਂਸਫਰ ਕਰੂੰ ਹੈਨਾ ਇਹ ਪੰਗੇ ਨੇ ਪਰ ਅੱਜ ਦੇ ਟਾਈਮ 'ਚ ਟੂ ਬੀ ਔਨੈਸਟ ਜੇ ਮੰਨ ਲਓ ਤੁਸੀਂ S24 ਅ ਫਿਊਚਰ ਚ ਕਿੰਨਾ ਕਿਹੜਾ ਲੈਕ ਕਰੂਗਾ ਉਹਦਾ ਮੈਨੂੰ ਨਹੀਂ ਪਤਾ ਹਜੇ ਬਟ ਜੇ ਅੱਜ ਦੀ ਗੱਲ ਕਰਾਂ ਤਾਂ ਦੋਨੋਂ ਬਿਲਕੁਲ ਵੀਰੇ ਪੁਆਇੰਟ ਦਾ ਵੀ ਫਰਕ ਨਹੀਂ ਹੈਗਾ ਬਟ ਹਾਂ ਕੈਮਰਾ ਦੇ ਵਿੱਚ ਆਈਫੋਨ ਇਜ਼ ਦਾ ਕਿੰਗ ਜੇ ਵੀਡੀਓਜ਼ ਦੀ ਗੱਲ ਕਰੀਏ ਫੋਟੋਜ਼ ਦੇ ਵਿੱਚ ਸੈਮਸੰਗ ਬੈਟਰ ਆ ਪਰ ਵੀਡੀਓਜ਼ ਦੇ ਵਿੱਚ ਆਈਫੋਨ ਦਾ ਕੋਈ ਤੋੜ ਨਹੀਂ ਮੈਨੂੰ ਨਹੀਂ ਲੱਗਦਾ ਅਗਲੇ 5 ਸਾਲ ਚ ਵੀ ਕੋਈ ਆਊਗਾ ਵੀਡੀਓ ਦੇ ਵਿੱਚ ਆਈਫੋਨ ਬੈਸਟ ਆ ਫੋਟੋਜ਼ ਦੇ ਲਈ ਸੈਮਸੰਗ ਓਕੇ ਹੈਪੀ ਵੀਰੇ ਜੇ ਕੋਈ ਨਵਾਂ ਯੂਟਿਊਬਰ ਹੈ ਜਿਹਨੇ ਵੀਡੀਓ ਬਣਾਣੀਆਂ ਸ਼ੁਰੂ ਕਰਨੀਆਂ ਨੇ ਉਹਨੂੰ ਇੱਕ ਕੈਮਰਾ ਲੈਣਾ ਜ਼ਰੂਰੀ ਏ ਕਿ ਜਾਂ ਫੋਨ ਨਾਲ ਵੀ ਸ਼ੁਰੂ ਕਰ ਫੋਨ ਨਾਲ ਹੀ ਸਾਰੀ ਵੀਡੀਓ ਫੋਨ ਨਾਲ ਬਣਾਉਣਾ ਮੇਰਾ ਕੱਲਾ ਕੱਲਾ ਵਲੌਗ ਫੋਨ ਨਾਲ ਬਣਾਇਆ ਮੈਂ ਚੱਕਦਾ ਨਹੀਂ ਕੈਮਰਾ ਕੈਮਰਾ ਕਿਹੜਾ ਚੁੱਕ ਕੇ ਲੈ ਕੇ ਜਾਊਗਾ ਯਾਰ ਫੋਨ ਈਜ਼ੀ ਬੜਾ ਏ ਉਤੋਂ ਕਈ ਜਗ੍ਹਾ ਤੇ ਜੇ ਕੈਮਰਾ ਦੇਖ ਲੈਂਦੇ ਹੋ ਬਾਹਰ ਕਰ ਦਿੰਦੇ ਹੋ ਕਹਿੰਦੇ ਕੈਮਰਾ ਇਜ਼ ਨਾਟ ਅਲੌਡ ਜੇ ਤੁਸੀਂ ਫੋਨ ਨੂੰ ਤਾਂ ਕਿਤੇ ਵੀ ਲੈ ਕੇ ਚੱਲੇ ਚੋ ਤੇ ਕਿਸੇ ਮੈਂ ਸਾਰੇ ਜਿੰਨੇ ਵੀ ਵੀਰ ਭਰਾ ਭੈਣਾਂ ਜੋ ਵੀ ਦੇਖ ਰਹੇ ਮੈਂ ਇੱਕ ਹੀ ਰਿਕੁਐਸਟ ਆ ਵੀ ਪਲੀਜ਼ ਇਨਵੈਸਟ ਨਾ ਕਰੋ YouTube ਸਾਰਟ ਕਰਨ ਲੱਗੇ ਜਿਹੜਾ ਵੀ ਫੋਨ ਆ ਉਹ ਬੈਟਰ ਆ ਜੇ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਇਨਵੈਸਟ ਕਰਨਾ ਇੱਕ ਮਾਈਕ ਲੈ ਲਓ ਕਿਉਂਕਿ ਆਡੀਓ ਬਹੁਤ ਮੈਟਰ ਕਰਦੀ ਆ ਵੀਡੀਓ ਥੋੜੀ ਜਿਹੀ ਖਰਾਬ ਹੋਊਗੀ ਚੱਲ ਜੂ ਜੇ ਆਡੀਓ ਸੁਣੂਗਾ ਨਹੀਂ ਨਹੀਂ ਚੱਲੂਗਾ ਤੇ ਆਡੀਓ ਤੁਸੀਂ ਪਹਿਲਾਂ ਫੋਕਸ ਕਰਨਾ ਹੈ ਲਾਈਵ ਮਾਈਕਸ ਆਉਂਦੇ ਨੇ ਮੈਂ 1 ਮਿੰਟ ਮੇਰੇ ਕੋ ਪਿਆ ਹੋਊਗਾ ਮੈਂ ਦਿਖਾ ਦੇਣਾ ਜੇ ਪਰਮਿਸ਼ਨ ਹੈਗੀ ਆ ਤੁਹਾਡੀ ਦਿਖਾ ਹਾਂ ਜ਼ਰੂਰ 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 ਮੈਂ ਤਾਂ ਕਿਹਾ ਸੀ ਭਾਜੀ ਉਹ ਵੀ ਐਪਲ ਪ੍ਰੋ ਲੈ ਕੇ ਆਣਗੇ ਪਰ ਚਲੋ ਕੋਈ ਚੱਕਰ ਨਹੀਂ ਅਗਲੀ ਵਾਰੀ ਸੀ ਸਹੀ ਜੇ ਆ ਵੀਡੀਓ ਚੱਲ ਜੂਗੀ ਫਿਰ ਆਪਾਂ ਤੁਹਾਨੂੰ ਅਗਲੀ ਵਾਰੀ ਉਹ ਵੀ ਦਿਖਾ ਦਾਂਗੇ ਨਹੀਂ ਨਹੀਂ ਚੱਲੇਗੀ ਚੱਲੇਗੀ ਕਿਉਂ ਨਹੀਂ ਉਦੇ ਬਾਰੇ ਪੁੱਛਣਾ ਸੀ ਲੋਕੀ ਕਹਿੰਦੇ ਅਮਰੀਕਾ ਚ ਉਹ ਚਲੋ ਪਿਕਚਰ ਦਿਖਾ ਦੋ ਪਰ ਮੈਂ ਉਹਦਾ ਕੁਐਸਚਨ ਨਾਲ ਹੀ ਕਰਦਾ ਕਹਿੰਦੇ ਅਮਰੀਕਾ ਚ ਆ ਹੁੰਦਾ ਹੈ ਲੈਬ ਮਾਈਕ ਆਪਾਂ ਲੋਕ ਦਿਖਾਈ ਦਿਓ ਇੱਕ ਮਿੰਟ ਆ ਹੁੰਦਾ ਹੈ ਲੈਬ ਮਾਈਕ ਇਹ ਬਹੁਤ ਸਸਤਾ ਵੀ ਆ ਜਾਂਦਾ ਹੈ ਇਹ ਥੋੜਾ ਮਹਿੰਗਾ ਹੈ ਬਟ ਤੁਸੀਂ ਸਸਤਾ 4-500 ਰੁਪਏ ਦਾ ਆ ਜਾਂਦਾ ਇਹਨੂੰ ਤੁਸੀਂ ਆਪਣੇ ਇੱਥੇ ਲਾ ਲੈਣਾ ਕਲਿੱਪ ਕਰ ਲੈਣਾ ਤੇ ਆਪਣੇ ਫੋਨ ਨਾਲ ਕਰ ਲੋ ਕਨੈਕਟ ਐਂਡ ਦੈਟਸ ਇਟ ਇਹ ਤੋਂ ਲਾਵਾ ਤੁਹਾਨੂੰ ਹੋਰ ਕੁਝ ਨਹੀਂ ਚਾਹੀਦਾ ਤੇ ਇੱਕ ਮੈਂ ਚੀਜ਼ ਕਹਿਣਾ ਹੁੰਦਾ ਹੈ ਬੜੀ ਟਿਪੀਕਲ ਜੀ ਚੀਜ਼ ਆ ਵੀ YouTube ਆ ਨਾ ਜਿਹੜੀ ਉਹ ਮੈਰਾਥਨ ਆ ਉਹ ਸਪ੍ਰਿੰਟਰ ਰੇਸ ਨਹੀਂ ਹੈਗੀ ਲੰਬੀ ਇਹ ਤਾਂ ਸ਼ਾਰਟ ਵਿਜ਼ਨ ਲੈ ਕੇ 나오 ਇਹਨੂੰ 5-10 ਸਾਲ ਦਾ ਗੇਮ ਲੈ ਕੇ ਚੱਲੋ ਤੇ ਫੇਰ ਜਾ ਕੇ ਤੁਹਾਡਾ YouTube ਚੱਲੇਗਾ ਤੇ ਪਹਿਲੇ 6 ਮਹੀਨੇ ਤੁਸੀਂ ਕੁਝ ਐਕਸਪੈਕਟ ਨਾ ਕਰੋ ਤੁਸੀਂ ਬਸ ਐਕਸਪੈਰੀਮੈਂਟ ਕਰੋ ਵੀ ਤੁਹਾਨੂੰ ਪਸੰਦ ਹੈ ਕਿ ਨਹੀਂ ਪਹਿਲਾ 100 ਵੀਡੀਓ ਪਾਓ ਜਦੋਂ ਤੁਹਾਡੀ 100 ਵੀਡੀਓ ਹੋ ਗਈ ਨਾ ਫੇਰ ਮੁੜ ਕੇ ਦੇਖੋ ਵੀ ਹਾਂ ਮੈਨੂੰ ਪਸੰਦ ਆ ਕਿਹੜੀ ਵੀਡੀਓ ਚੱਲੀ ਕਿਹੜੀ ਨਹੀਂ ਫੇਰ ਆਪਣੀ ਨੀਸ਼ ਫੜੋ ਫੇਰ ਐਂ ਤੁਰੋ ਪਹਿਲੇ ਦਿਨੇ ਜੇ ਤੁਸੀਂ ਕਹੋ ਵੀ ਅੱਜ ਮੈਂ ਬਣਾਉ ਕੱਲ ਨੂੰ ਲੈਂਬਰਗਿਨੀ ਦਾ ਆ ਨਹੀਂ ਹੋਣਾ ਪ੍ਰੈਜ਼ੈਂਟ ਟੂ ਦਾ ਬਬੋਰਾ ਬਿਲਕੁਲ ਸੋਣੀ ਗਾ ਸੋਣੀ ਗੱਲ ਕੀਤੀ ਸੋਣੀ ਗੱਲ ਕੀਤੀ ਆ ਪਿੱਛੇ ਜੇ ਨਾ ਪੰਜਾਬ ਦੇ ਵਿੱਚ ਪੋਡਕਾਸਟ ਚੈਨਲ ਬੜੇ ਖੁੱਲ ਗਏ ਬਹੁਤ ਖੁੱਲ ਗਏ ਤੇ ਨਾ ਹੁਣ ਉਹਨਾਂ ਚ ਬੰਦ ਵੀ ਬੜੇ ਜਲਦੀ ਹੋ ਗਏ ਥੋੜੇ ਜਿਹੀ ਕਾਮਯਾਬ ਹੋਏ ਤੇ 3-4 ਚੈਨਲ ਉਹਦੀ ਵਜ੍ਹਾ ਇਹੀ ਹੈ ਕਿ ਕਿਉਂਕਿ ਮੁੰਡਿਆਂ ਨੇ ਵੇਖਿਆ ਵੀ ਇੱਥੇ ਤੇ ਬਹਿ ਕੇ ਗੱਲਾਂ ਹੀ ਕਰਨੀਆਂ ਨੇ ਪੋਡਕਾਸਟ ਚ ਪਰ ਉਹਨਾਂ ਨੇ ਲੌਂਗ ਟਰਮ ਨਹੀਂ ਵੇਖਿਆ ਵੀ ਸਾਡੇ ਕੋਲ ਕਹਿਣ ਨੂੰ ਹੈ ਕੀ ਵੇ ਵੀ ਆਪਾਂ ਬੋਲਾਂਗੇ ਕਿਹੜੇ ਕਿਹੜੇ ਮੁੰਡਿਆਂ ਤੇ ਪੀਪਲ ਥਿੰਕ ਲਾਈਕ ਵੀ ਇਹ ਤਾਂ ਯਾਰ ਇਦਾਂ ਹੀ ਆ ਬਸ ਆਪਾਂ ਬੈਠੇ ਆਪਾਂ ਇਦਾਂ ਕੀਤਾ ਚੱਲ ਪਏ YouTube ਲਈ ਵੀਰੇ ਮੈਂ ਤੁਹਾਨੂੰ ਮਜ਼ਾਕ ਦੀ ਗੱਲ ਨਹੀਂ ਚੱਲੋ ਮੈਂ ਆਪਣੇ ਚੈਨਲ ਦੀ ਪ੍ਰੋਸੈਸ ਦੱਸਦਾ ਮੇਰੀ ਇੱਕ ਵੀਡੀਓ ਬਣਨ ਨੂੰ ਤਿੰਨ ਤੋਂ ਚਾਰ ਦਿਨ ਲੱਗ ਜਾਂਦੇ ਨੇ ਬੰਦੇ ਕਹਿੰਦੇ 5 ਮਿੰਟ ਤੇ ਤਾਂ ਵੀਡੀਓ ਤੂੰ ਕਰਕੇ ਦਿੱਤਾ ਕਿਉਂਕਿ ਪਹਿਲਾਂ ਦੇਖੋ ਤੁਸੀਂ ਇੱਕ ਸਕ੍ਰਿਪਟ ਲਿਖਦੇ ਹੋ ਫਿਰ ਉਹ ਸਕ੍ਰਿਪਟ ਨੂੰ ਪੂਰਾ ਚੈੱਕ ਕਰਦੇ ਹੋ ਫਿਰ ਤੁਸੀਂ ਸਾਰੇ ਫੈਕਟਸ ਚੈੱਕ ਕਰਦੇ ਹੋ ਕਿਉਂਕਿ ਚਾਹੇ ਕਿਸੇ ਨੇ ਲੈਣਾ ਚਾਹੇ ਕਿਸੇ ਨੇ ਨਹੀਂ ਲੈਣਾ ਉਹਨੇ ਮਾਪੇਣ ਕਰ ਦੇਣੀ ਜੇ ਤੁਸੀਂ ਇੱਕ ਵਰਡ ਵੀ ਗਲਤ ਕਹਿਤਾ ਜੇ ਤੁਸੀਂ 12 ਜਗ੍ਹਾ 13 GB ਕਹਿਤੀ ਨਾ RAM ਉਹਨੇ ਕਹਣਾ ਉਹ ਵੱਡਾ ਟੈਕ ਯੂਟਿ ਸਣ ਮੈਂ ਦੱਸਦਾ ਦੂਜੀ ਚੀਜ਼ ਇਹ ਵੀ ਆ ਕਿ ਯਾਰ ਜਦੋਂ ਆਪਾਂ ਸਕ੍ਰਿਪਟ ਲਿਖਦੇ ਆ ਨਾ ਹੁਣ ਜਿੱਦਾਂ ਪਹਿਲਾਂ 뮤직 ਹੁੰਦਾ ਸੀ ਹਨਾ ਪਹਿਲੇ ਟਾਈਮ ਆ ਦੱਸ ਤੋ 10 ਸਾਲ ਪਹਿਲਾਂ ਤੇ ਪਹਿਲਾਂ ਕਿੰਨੇ ਚਿਰ ਤਰਜ਼ਾਂ ਜੀ ਵੱਜਦੇ ਰਹਿੰਦੇ 뮤직 ਚੱਲਦਾ ਹੁੰਦਾ ਸੀ ਹਨਾ ਫੇਰ ਜਾ ਕੇ ਬੋਲ ਆਉਂਦੇ ਸੀ ਹੁਣ ਕਿਉਂਕਿ ਅਟੈਂਸ਼ਨ ਸਪੈਨ ਘਟਾ ਹੁਣ ਗਾਣਾ ਚੱਲਦਾ 1 ਸੈਕਿੰਡ ਤੋਂ ਬਾਅਦ ਬੋਲ ਆ ਜਾਂਦੇ ਨੇ ਉਹੀ ਚੀਜ਼ਾ ਹੁਣ ਤੁਸੀਂ ਘੁਮਾ ਨਹੀਂ ਸਕਦੇ ਵੀਡੀਓ ਨੂੰ ਹੁਣ ਜੇ ਯੂਟਿਊਬਰ ਬਣਨਾ ਨਾ ਇਹ ਨਹੀਂ ਕਰਨਾ ਵੀ ਹੈਲੋ ਫਰੈਂਡਸ ਕਿੱਦਾਂ ਤੁਹਾਡੀ ਵੀਡੀਓ ਉਸੇ ਟਾਈਮ ਸਕਿਪ ਹੋ ਜਾਣੀ ਵਿਊ ਖਤਮ ਜਿਹੜਾ ਟੌਪਿਕ ਆ ਉੱਥੋਂ ਹੀ ਮਸਾਲਾ ਪਹਿਲੇ 3 ਸੈਕਿੰਡ ਹੀ ਦੇ ਦੋ ਜਦੋਂ ਫੜ ਲਈ ਪਹਿਲੇ 3-4 ਸੈਕਿੰਡਾਂ 'ਚ ਫੜ ਲਈ ਨਹੀਂ ਫਿਰ ਗਏ ਲੋਕੀ ਫੇਰ ਨਹੀਂ ਦੇਖਦਾ ਕੋਈ ਹਾਂ ਹਾਂ ਹੈਪੀ ਵੀਰੇ ਤੁਸੀਂ ਪੰਜਾਬੀ ਯੂਟਿਊਬਰ ਵੇਖਦੇ ਹੋ ਮੈਂ ਨਹੀਂ ਦੇਖਦਾ ਮੈਂ ਹਿੰਦੀ ਮੈਂ ਇੰਡੀਅਨ ਹੀ ਨਹੀਂ ਵੇਖਦਾ ਨਹੀਂ ਮੈਂ ਟੂ ਬੀ ਆਨਸਟ ਇਹ ਹਾਂ ਅੱਛਾ ਵਜ੍ਹਾ ਕੁਆਲਿਟੀ ਕੁਆਲਿਟੀ ਨਹੀਂ ਹੈਗੀ ਕੁਆਲਿਟੀ ਨਹੀਂ ਹੈਗੀ ਉਤੋਂ ਨਾਲ ਬਾਇਸ ਬਹੁਤ ਨੇ ਮਤਲਬ ਜੇ ਤੁਸੀਂ ਇੱਕ ਬੰਦਾ ਦੇਖਣ ਲੱਗ ਜੇ ਤਾਂ ਤੁਸੀਂ ਇੱਕ ਸਾਈਡ ਨੂੰ ਚਲੇ ਜਾਂਦੇ ਮੈਂ ਉਹ ਚੀਜ਼ ਤੋਂ ਬਹੁਤ ਦੂਰ ਹਾਂ ਮੈਂ ਪੋਲਿਟਿਕਸ ਤੋਂ ਬਹੁਤ ਦੂਰ ਹਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਸਿਰਫ ਆਪਣੇ ਕੰਮ ਤੱਕ ਮਤਲਬ ਰੱਖਦਾ ਤੇ ਇੱਕ ਦਿਨ ਮੇਰਾ ਕੰਮ ਆ ਪੈਸੇ ਕਮਾਉਣੇ ਗੱਡੀ ਲੈਣੀ ਐ ਨਾ ਵੀ 6-7 ਮਹੀਨੇ ਬਾਅਦ ਬਸ ਘੁੰਮਣ ਜਾਣਾ ਦੈਟਸ ਇਟ ਹੋਰ ਮੈਂ ਕਿਸੇ ਚੀਜ਼ ਤੋਂ ਕੋਈ ਮਤਲਬ ਨਹੀਂ ਰੱਖਦਾ ਚੱਜੋ ਹੁੰਦਾ ਹੋਇਜੇ ਯਾਨੀ ਕਿ ਤੁਸੀਂ ਆਪਣੀ ਲਾਈਫ ਚ ਮਗਰ ਨੋ ਤੁਹਾਨੂੰ ਕੋਈ ਨਹੀਂ ਲੱਗੇ ਦੁਨੀਆ ਮਰੇ ਜੀਵੇ ਚੰਨ ਤੇ ਚੱਲ ਜੇ ਮੰਗਲ ਗ੍ਰਹਿ ਤੇ ਚੱਲ ਜੇ ਭਸਮ ਹੋ ਜੇ ਬਸ ਆਪਕ ਹੋ ਜਾ ਮੇਰੇ ਕਿਹੜੀ ਜਗ੍ਹਾ ਰਹਿੰਦੇ ਤੁਸੀਂ ਇਟਲੀ ਮੈਂ ਵੈਨਸ ਸੁਣੇ ਤੁਸੀਂ ਵੈਨਸ ਪਾਣੀ ਵਾਲਾ ਸ਼ਹਿਰ ਹਾਂ ਹਾਂ ਸੁਣਿਆ ਉਹਦੇ ਕੋਲ ਹੀ ਪੰਜਾ 40-50 ਕਿਲੋਮੀਟਰ ਦੂਰ ਤੋਂ ਆਹੋ ਇਹ ਵੀ ਸੁਣਾਉਂ ਚਾਹੀਸੀ ਗੱਲਾਂ ਗੱਲਾਂ ਸਾਲੀਆਂ ਬੜੀਆਂ ਹੋ ਜਾਂ ਬਰਾਵਾ ਇਹੋ ਜਿਹੀ ਗੱਲਾਂ ਬੜੀਆਂ ਆਉਂਦੀਆਂ ਨੇ ਬਾਕੀ ਹੋਰ ਕੀ ਗੱਲ ਕਰਨੀਆਂ ਬਈ ਹੁੰਦੇ ਤੁਸੀਂ ਦੱਸੋ ਬਸ ਆਪਾਂ ਇਦਾਂ ਹੀ ਬਈ ਕਰਦੇ ਤੁਸੀਂ ਦੱਸੋ ਤੁਸੀਂ ਦੱਸੋ ਕੋਈ ਗੱਲ YouTube ਦਾ ਪੁੱਛ ਲੈ ਜੇ ਕੋਈ ਪੁੱਛਣਾ ਜੇ ਕੋਈ ਗੱਲ ਬਾਤ ਕਰਨੀ YouTube ਦਾ ਪੁੱਛ ਲੈ ਸਾਡੇ ਸਾਡੇ ਹਿਸਾਬ ਨਾਲ ਸਾਰੇ ਹੋ ਗਏ ਨੇ ਕੁਐਸਚਨ ਆਪੇ ਠੀਕ ਹੈ ਬਿਲਕੁਲ ਤੁਸੀਂ ਦੱਸੋ ਕੋਈ ਤੁਹਾਡਾ ਕੋਈ ਤੁਹਾਡਾ ਕੋਈ ਕੁਐਸਚਨ ਹੋਵੇ ਤੇ ਤੁਸੀਂ ਚਾਹਦੇ ਹੋ ਵੀ ਇਹ ਰਸ ਲੋਗੇ ਆਪਾਂ ਇਦਾਂ ਕੱਟ ਤਾਂ ਕੇ ਵਿੱਚੋਂ ਨਹੀਂ ਨਹੀਂ ਆਪਾਂ ਨੂੰ ਕੋਈ ਚਾਹੀ ਨਹੀਂ ਜੇ ਕੋਈ ਵੀ ਪੁੱਛਣਾ ਹੁਣ ਵੀ ਦਿਮਾਗ ਚ ਆਉਂਦਾ ਹੈ ਨੇ ਮੇਰੀ ਤੁਹਾਨੂੰ ਇੱਕੋ ਸਲਾਹ ਪਾਜੀ ਕਿ ਥੋੜਾ ਥੋੜਾ ਵਿੱਚ ਕਦੇ ਹੋ ਸਕੇ ਤਾਂ 10 ਵੀਡੀਓ ਬਾਅਦ ਇੱਕ ਵੀਡੀਓ ਪੰਜਾਬੀ ਚ ਪਾਣੀ ਸ਼ੁਰੂ ਕਰੋ ਕਿਉਂਕਿ ਅਦਰ ਆਪਣੇ ਪੰਜਾਬੀ ਆਡੀਅנס ਬਿਲਕੁਲ ਨਹੀਂ ਹੈ ਇਸ ਕੰਮ ਚ ਤੁਹਾਨੂੰ ਪਤਾ ਚੱਕਰ ਕੀ ਆ ਮੈਂ ਜੇ ਪੰਜਾਬੀ ਚ ਪਾਣੀ ਹੁੰਦੀ ਫਿਰ ਮੈਂ ਦੋਨੋਂ ਹੀ ਖਤਮ ਕਰ ਦਿਆਂ ਫਿਰ ਮੈਂ ਇੰਗਲਿਸ਼ ਚ ਸਵਿਚ ਕਰੂੰਗਾ ਕਿਉਂਕਿ ਸੀਪੀਐਮ ਨਹੀਂ ਹੈਗਾ ਟੂ ਬੀ ਆਨੈਸਟ ਦਾ ਥਿੰਗ ਇਜ਼ ਕਿ ਦੇਖੋ ਪਤਾ ਚੱਕਰ ਕੀ ਆ ਮੈਂ ਤੁਹਾਨੂੰ ਗੱਲ ਸਮਝਾਉਣਾ ਗੱਲ ਸਮਝੋ ਨਾ ਟੈਕਨੀਕਲ ਕਾ ਮੈਂ ਤੁਹਾਨੂੰ ਮੈਂ ਤੁਹਾਨੂੰ ਗੱਲ ਸਮਝਾਉਣਾ ਮੈਂ ਤੁਹਾਨੂੰ ਗੱਲ ਸਮਝਾਉਣਾ ਫਰੈਸ਼ੀ ਪਾਜੀ ਪਤਾ ਕਿਹੜਾ ਜਾ ਸਾਨੂੰ ਪਤਾ ਹੈ ਪੈਸੇ ਨਹੀਂ ਆਣੇ ਉਹ ਕਹਿ ਰਿਹਾ ਕਿ ਵੈਸੇ ਆਪਣੀ ਕਮਿਊਨਿਟੀ ਵਾਸਤੇ ਮੈਂ ਸਮਝ ਗਿਆ ਤੁਹਾਡੀ ਗੱਲ 8-9 ਵੀਡੀਓ ਬਣਾ ਲਿਆ ਇੱਕ ਪੰਜਾਬੀ ਚ ਬਣਾ ਲਿਆ ਮੈਂ ਜਦਾ ਮੈਂ ਇੱਕ ਵਾਰ ਇਹ ਵੀ ਸੋਚਿਆ ਸੀ ਵੀ ਮੈਂ ਚੈਨਲ ਹੀ ਪੰਜਾਬੀ ਚ ਬਣਾ ਲਾਂ ਬਟ ਦਾ ਥਿੰਗ ਇਜ਼ ਕਿ ਦੇਖੋ ਪਹਿਲਾ ਤਾਂ ਆਡੀਅנס ਗੇਨ ਕਰਨੀ ਬੜੀ ਔਖੀ ਕਿਉਂਕਿ ਤੁਹਾਨੂੰ ਪਤਾ ਕੰਪੀਟੀਸ਼ਨ ਬੜਾ ਆ ਹੈਨਾ ਹਮੈਂ ਨਾਰਥ ਅਮਰੀਕਾ ਦੇ ਵਿੱਚ ਨਾ ਵੀਰੇ ਕੈਨੇਡਾ ਅਮਰੀਕਾ ਦੇ ਵਿੱਚ ਕੋਈ ਵੀ ਟੈਕ ਯੂਟਿਊਬਰ ਹੈ ਹੀ ਨਹੀਂ ਮੇਰੇ ਇਲਾਵਾ ਇੱਕ ਵੀ ਨਹੀਂ ਹੈਗਾ ਛੋਟਾ ਵੱਡਾ ਛੱਡੋ ਹੈ ਹੀ ਨਹੀਂ ਮੈਂ ਹੀ ਆ ਕਿਉਂਕਿ ਜਿਹੜਾ ਵੀ ਕੈਨੇਡਾ ਅਮਰੀਕਾ ਜਾਂਦਾ ਉਹ ਵਲੌਗ ਬ ਮੈਂ ਆ ਕਰ ਲਿਆ ਮੈਂ ਫਲਾਣਾ ਕਰ ਲਿਆ ਔਰ ਸਾਡੇ ਟੱਟੀ ਜੇ ਵਲੌਗ ਨੇ ਨਾ ਕੋਈ ਸੜਾ ਜੇ ਕਈ ਗੱਲਾਂ ਨਾ ਬਾਤ ਆ ਮੈਂ ਤਾਂਹੀਂ ਇੰਡੀਅਨ ਵਲੌਗ ਦੇਖਦਾ ਨਹੀਂ ਟੂ ਵੀ ਆਨੈਸਟ ਚਾਹੇ ਤੁਸੀਂ ਮੈਨੂੰ ਹਾਸਲੇ ਬਾਅਦ ਚ ਬਟ ਟੂ ਵੀ ਆਨੈਸਟ ਮੈਨੂੰ ਨਹੀਂ ਲੱਗਦਾ ਨੇ ਗੋਰੇ ਭਾਵੇਂ ਗੋਰੇ ਬਣਾਦੇ ਨੇ ਗੋਰੇ ਵੀ ਦੇ ਕਰਦੇ ਨੇ ਜਿਹੜੇ ਗੋਰੀ ਨਹੀਂ ਵਲੌਗ ਬਣਾਦੇ ਯਾਰ ਵਲੌਗ ਵੀ ਬਹੁਤ ਟਾਈਪ ਦੇ ਨੇ ਵੀਰੇ ਤੁਸੀਂ ਯਾਰ ਚੱਲ ਠੀਕ ਆ ਤੁਸੀਂ ਤੁਸੀਂ ਕਵਾੜ ਕੰਨਾ ਕਰ ਲਓ ਬੈਟਲਿਸ ਯਾਰ ਸੇ ਸਮਥਿੰਗ ਲਾਈਕ ਸਾਰੇ ਪੰਜਾਬ ਚ ਇੱਕ ਵੀਡੀਓ ਤਾਂ ਕੁਝ ਕਰ ਦੋ ਅਸੀ ਕੀ ਲੈਣਾ ਯਾਰ ਤੂੰ ਸਾਲਾ ਗੱਡੀ ਲੈ ਲਈ ਆ ਤੂੰ ਕੋਈ ਕਰ ਲੈ ਚਲ ਠੀਕ ਆ ਗੱਡੀ ਵੀ ਇੱਕ ਕੰਟੈਂਟ ਆ ਬਟ ਕੁਝ ਤਾਂ ਸਾਲਾ ਸੈਂਸ ਤਾਂ ਬਣਾ ਬੱਚੇ ਪੱਟੀ ਜਾ ਰਹੇ ਨੇ ਹੁਣ ਟੈਕਨੀਕਲੀ ਦੇਖਿਆ ਜਾਵੇ ਤਾਂ ਮਿਸਟਰ ਬੀਸਟ ਦਾ ਵੀ ਵਲੌਗ ਹੀ ਆ ਅਸਲ ਵਿੱਚ ਦੇਖਿਆ ਜਾਵੇ ਮਿਸਟਰ ਬੀਸਟ ਇੱਕ ਵਲੌਗ ਹੀ ਬਣਾਉਂਦਾ ਕਿ ਅੱਜ ਮੈਂ ਆ ਕੀਤਾ ਪਰ ਉਹਦੀ ਇੰਟਰਸਟਿੰਗ ਹੈ ਮੇਰੇ ਉਹਦੀ ਜਿਹੜੀ ਸਿਟੀ ਆ ਨਾ ਉਹਨੇ ਪੂਰੀ ਸਿਟੀ ਰੈਂਟ ਕੀਤੀ ਹੋਈ ਆ ਪੂਰੀ ਸਿਟੀ ਜਿੰਨੇ ਉਹਦੇ ਮੁਲਾਜ਼ਮ ਸੀਗੇ ਉਹ ਕਹਿੰਦਾ ਚਾਹੇ ਤੁਸੀਂ ਜਪਾਨ ਚੋਂ ਕਿਤੇ ਵੀ ਤੁਸੀਂ ਇੱਥੇ ਰਹਿਣਾ ਕਈ ਵਾਰ ਹੁੰਦਾ ਨਹੀਂ ਬੰਦਾ ਕਹਿੰਦਾ ਮੈਂ ਟ੍ਰੈਫਿਕ ਚ ਫਸ ਗਿਆ ਜੀ ਮੈਨੂੰ ਬਹਾਨਾ ਉਹ ਕਹਿੰਦਾ ਨਾ ਇੱਥੇ ਰਹੋ ਫੇਰ ਕੀ ਬਹਾਨਾ ਲਾਏਗਾ ਜੇ ਬੈਠਾ ਹੀ ਉੱਥੇ ਆ ਵੀਰੇ ਹਾਲੀਵੁੱਡ ਦਾ ਜਿਹੜਾ ਯੂਨੀਵਰਸਲ ਸਟੂਡੀਓ ਉਤੋਂ ਵੀ بڑا ਉਹਦਾ ਆਪਣਾ ਸਟੂਡੀਓ ਵਾ ਤੇ ਇਹ ਪੀ ਵੀਰੇ ਤੁਹਾਨੂੰ ਇੰਡੀਆ ਦੇ ਵਿੱਚ ਟੈਕਨੀਕਲ ਗੁਰੂ ਜੀ ਏ ਇੱਕ ਮੁੰਡਾ ਹੋਰ ਏ ਤਿੰਨ ਚਾਰ ਆਏ ਨੇ ਜਿਹੜੇ ਟੈਕ ਬਰਨਰ ਹੋ ਗਿਆ ਹਾਂ ਕਿਹੜਾ ਵਧੀਆ ਲੱਗਦਾ ਤੁਹਾਨੂੰ ਬੈਸਟ ਕਿਹੜਾ ਲੱਗਦਾ ਇਹਨਾਂ ਚ ਸਾਰੇ ਸਾਰੇ ਗੂਨ ਹੈ ਕਿਉਂ ਦੇਖੋ ਉਸਤਾਦ ਜੀ ਗੁਰੂ ਜੀ ਜਿਹੜਾ ਆ ਉਹਦਾ ਤਾਂ ਮਤਲਬ ਪਹਿਲਾ ਵਧੀਆ ਸੀ ਨੋ ਡਾਊਟ ਉਹ ਵਧੀਆ ਸੀਗੇ 20 17 20 18 ਇੰਚ ਉਸ ਤੋਂ ਬਾਅਦ ਨਾ ਆਈ ਥਿੰਕ ਕਿਉਂਕਿ ਉਹ ਵੱਡਾ ਚੈਨਲ ਬਹੁਤ ਹੋ ਗਿਆ ਨਾ ਯਾਰ ਬਹੁਤ ਵੱਡਾ ਹੋ ਗਿਆ ਉਸ ਤੋਂ ਬਾਅਦ ਨਾ ਉਹ ਟੈਕਨੀਕਲ ਫੈਕਟਸ ਤੇ ਘੱਟ ਫੋਕਸ ਕਰਨ ਲੱਗ ਪਏ ਤੇ ਮਤਲਬ ਕੀ ਕਹਿੰਦੇ ਆ ਬਾਕਸੇਸ ਖੋਲਣੇ ਲੱਗ ਪਏ ਨਹੀਂ ਨਹੀਂ ਬਸ ਉਹ ਡੱਬੇ ਹੀ ਖੋਲਣ ਲੱਗ ਗਏ ਡੱਬਾ ਖੋਲ ਬਣ ਗਏ ਤੇ ਉਹਨਾਂ ਦੇ ਵਿਊ ਵੀ ਕਿੰਨੇ ਘੱਟ ਗਏ ਪਹਿਲਾਂ ਦੇ ਯਾਰ ਹੁਣ ਉਹਦੇ 25 ਮਿਲੀਅਨ ਫਾਲੋਅਰ ਨੇ ਬਿ YouTube ਤੇ ਬੈਸਟ ਮੈਟ੍ਰਿਕ ਹੁੰਦਾ ਆ 10% ਦਾ ਰੂਲ ਜੇ ਤੁਹਾਡੇ 4 ਲੱਖ ਫਾਲੋਅਰ ਨੇ 40 ਹਜ਼ਾਰ ਵਿਊ ਆ ਰਹੇ ਨੇ ਇਟਸ ਮੀਨ ਤੁਸੀਂ ਬਹੁਤ 25 ਮਿਲੀਅਨ ਤੇ ਯਾਰ ਤੁਹਾਨੂੰ 100 1 ਲੱਖ ਵਿਊ ਆ ਰਿਹਾ ਕੀ ਹੈ ਲਾਂ ਤਾਂ ਹੈਨਾ ਤੇ ਜਿਹੜਾ ਟੈਕ ਬਰਨਰ ਟੈਕ ਬਰਨਰ ਨਾਲ ਮੇਰੀ ਚੀਜ਼ ਇਹ ਆ ਕਿ ਯਾਰ ਉਹ ਨਾ ਮੈਨੂੰ ਜੋਕਰ ਜ਼ਿਆਦਾ ਲੱਗਦਾ ਮੈਨੂੰ ਯੂਟਿਊਬਰ ਘੱਟ ਲੱਗਦਾ ਤਾਂ ਕਰਕੇ ਮੈਂ ਇੰਡੀਅਨ ਯੂਟਿਊਬਰ ਘੱਟ ਵੇਖਦਾ ਮੈਂ ਐਮਕੇਬੀਐਸਡੀ ਹੋ ਗਿਆ ਜਿਹੜਾ ਪੁਆਇੰਟ ਟੂ ਪੁਆਇੰਟ ਗੱਲ ਕਰਨ ਟੈਕ ਦੀ ਗੱਲ ਕਰਨ ਜਿਹੜੇ ਜੇ ਹੁਣ ਮੈਂ ਆਈਫੋਨ ਦੀ ਗੱਲ ਕਰ ਰਿਹਾ ਮੈਂ ਆਈਫੋਨ ਦੀ ਕਰਾਂ ਇਹਦੇ ਵਿੱਚ ਸਾਰਾ ਜੋਕ ਥੋੜੀ ਚਾਹੀਦਾ ਮੈਨੂੰ ਕਿਉਂਕਿ ਯਾਰ ਮੈਂ ਇਦਾਂ ਦਾ ਬੰਦਾ ਹੈਗਾ ਮੈਂ ਸਾਲੀ ਮਾਸਟਰਸ ਕੀਤੀ ਹੋਈ ਆ ਟੈਕੀ ਗੀਕ ਤੇ ਜੇ ਉਹਦੇ ਵਿੱਚ ਜੋਕ ਪਾਈ ਜਾ ਫਿਰ ਮੈਨੂੰ ਸਵਾਦ ਜਾਂ ਨਹੀਂ ਆਉਂਦਾ ਬਾਕੀ ਇਹ ਪਤਾ ਚੱਕਰ ਕੀ ਆ ਮੈਂ ਥੋੜੀ ਇੱਕ ਹੋਰ ਗੱਲ ਦੱਸਦਾ ਵੀਰੇ ਜਿਹੜੀ ਇੰਡੀਅਨ ਆਡੀਅנס ਆ ਨਾ ਉਹਨੂੰ ਸੈਂਸਿਬਲ ਚੀਜ਼ਾਂ ਨਹੀਂ ਪਸੰਦ ਹੂੰ ਉਹਨੂੰ ਉਹਨੂੰ ਥੋੜਾ ਜਿਹਾ ਮਸਾਲੇ ਲਾ ਕੇ ਘੱਟ ਮਸਾਲਾ ਮਸਾਲਾ ਬੜਾ ਪਸੰਦ ਆ ਇੱਕ YouTube 'ਚ ਨਾ ਤੁਸੀਂ ਜੇ ਲੌਜੀਕ ਲਗਾ ਦਾ ਲੰਬੇ ਫੇਰ ਨਹੀਂ ਚੱਲਦਾ ਤੁਸੀਂ ਦੇਖਿਓ YouTube 'ਚ ਕੁੜੀਆਂ ਜ਼ਿਆਦਾ ਚੱਲਦੀਆਂ ਆ ਇੰਡੀਆ 'ਚ ਹੁਣ Instagram 'ਤੇ ਕੁੜੀ ਨੇ ਵਿਊ ਲੈਣੇ ਹੋ ਚਿੱਤੜ ਹਲਾ ਦੇ ਭਰਾਵਾ ਵਿਊ ਹੀ ਵਿਊ ਅੱਜ ਕੱਲ ਅੱਜ ਕੱਲ ਇੱਕਾ ਥੱਪੜ ਮਾਰਨ ਵਾਲਾ ਚੱਲ ਪਿਆ ਉਹਨੇ ਹੁੰਦੇ ਥੱਪੜ ਮਾਰਦਾ ਪਹਿਲਾਂ ਉਹ ਕੀ ਸੀ ਐਲਵਿਸ਼ ਲੜ ਪਿਆ ਸੀ ਤੇ ਹੁਣ ਕੱਲ ਪਰਸੋ ਰਾਜਤ ਲੜ ਪਿਆ ਹਾਂ ਹਾਂ ਤੇ ਸਾਗਰ ਦੀ ਵੋਡੀ ਦਾ ਪਤਾ ਤੁਹਾਨੂੰ ਭਾਜੀ ਕੌਣ ਨਹੀਂ ਪਤਾ ਅੱਛਾ ਉਹ ਵੀ ਟ੍ਰੈਂਡ ਮੈਂ ਅੱਜ ਕੱਲ ਮੇਰੇ ਕੋਲ ਨਾ ਮੈਂ ਤੁਹਾਨੂੰ ਦਿਖਾਣਾ ਮੇਰੇ ਕੋਲ ਜੇ ਇੰਸਟਾ ਖੋਲ ਲੀਏ ਦੇਖੋ ਮੇਰੀ ਅਪਾਇੰਟਮੈਂਟ ਹੈ ਬਸ ਇੰਸਟਾਗ੍ਰam ਦੇਖ ਰਿਹਾ ਇੱਕ ਵੀ ਪੰਜਾਬੀ ਰੀਲ ਨਹੀਂ ਦੇਖੀ ਸਾਰੇ ਇੰਗਲਿਸ਼ ਨੇ ਵੀਰੇ ਮੈਂ ਦੇਖਦਾ ਹੀ ਨਹੀਂ ਮੈਂ ਦੇਖਦਾ ਨਹੀਂ YouTube ਖੋਲ ਲੂੰਗਾ YouTube ਦਾ for you ਪੇਜ ਜਿਹੜਾ ਹੈ ਚੱਲ ਤੂੰ ਜਾ ਫੈਸ਼ੀਪਾਸੀ ਗੱਲਾਂ ਮਾਰ ਤਾ ਮੈਂ ਕੋਈ ਨਾ ਖਤਮ ਕਰਕੇ ਮਰ ਕੋ ਹਮੈਨੀਆਂ ਮੈਂ ਤੁਸੀਂ ਬਸ ਚੱਲ ਜਾਂਦੇ ਨੇ ਕੁਝ ਕਰਨੀ ਸੱਚੀ ਚੱਲ ਜਾਂਦਾ ਮੈਂ ਮੈਂ ਫਿਰ ਰਿਕਾਰਡਿੰਗ ਬਾਅਦ ਵਿੱਚ ਕਿਹਾ ਕੈਮਰੇ ਦੀ ਰਿਕਾਰਡਿੰਗ ਲਾਈ ਹੋਈ ਆ ਮੈਂ ਨਹੀਂ ਇਹ ਪਾਉਣਾ ਹੈ ਜਿਹੜੇ ਕਰੋ ਕੈਮਰਾ ਤਾਂ ਬੰਦ ਕਰਦਾ ਹਾਂ ਆ ਪਤਾ ਨਾ ਪਤਾ ਨਾ ਕੈਮਰਾ ਵਾ ਨੀ ਨੀ ਕੋਈ ਨਹੀਂ ਤੁਸੀਂ ਨਾ ਕੈਮਰਾ ਬੰਦ ਕਰਾਂ ਕਿ ਨਹੀਂ ਨਹੀਂ ਕੁਛ ਨਾ ਅੱਛਾ ਠੀਕ ਆ ਕੁਛ ਨਾ ਬੰਦ ਕਰੋ ਕੁਛ ਨਾ ਬੰਦ ਕਰੋ ਕੋਈ ਚੱਕਰ ਨਹੀਂ ਠੀਕ ਆ ਸਹੀ ਫਰਸ਼ ਭਾਈ ਤੂੰ ਜਾ ਮੈਂ ਆਪਣੇ ਸਾਸਰੀ ਘਰ ਬੁਲਾ ਕੇ ਤੇ ਆ ਜਣਾ ਹੁਣ ਦੋ ਤਿੰਨ ਮਿੰਟ ਦੀ ਪਾ ਵੀ ਗੱਲ ਕਰ ਰਹੇ ਹਾਂ ਚਲੋ ਠੀਕ ਆ ਭਾਈ ਮਿਲਦੇ ਹਾਂ ਮੇਰੇ ਵੱਲੋਂ ਸਾਰਨ ਸਾਸਰੀ ਘਰ ਮੈਨੂੰ ਜਾਣਾ ਪੈਣਾ ਸੀ ਅੱਜ ਤੇ ਕਰੋ ਬਾਈ ਨਾਲ ਗੱਲਾਂ ਤੇ ਚਲੋ ਚੱਲਿਆ ਹਾਂ ਟੇਕ ਕੇਅਰ ਸੈਟਰਡੇ ਨੂੰ ਕਿਹੜੀ ਅਪਾਇੰਟਮੈਂਟ ਚੱਲਿਆ ਯਾਰ ਮੇਰੀ ਅਪਾਇੰਟਮੈਂਟ ਹੈ ਬੈਂਕ ਤੇ ਯਾਰ ਹਾਂ ਭਾਈ ਮੈਂ ਨਾ ਗੱਡੀ ਲਈ ਸੀ ਪਿਛਲੇ ਸਾਲ ਉਹ ਨਾ ਥੋੜੇ ਮਹਿੰਗੇ ਇੰਟਰਸਟ ਤੇ ਮਿਲ ਗਈ ਸੀ ਤੇ ਹੁਣ ਉਹ ਕਹਿੰਦੇ ਕਿ ਤੁਹਾਡਾ ਇੰਨੇ ਚਿਰ ਤੋਂ ਕਿਸ਼ਤਾਂ ਤਾਰਤੀਆਂ ਹੁਣ ਦਾ ਇੰਟਰਸਟ ਘੱਟ ਕਰਾ ਲਓ ਉਹ ਕਹਿੰਦਾ ਨਹੀਂ ਉਹ ਭਾਈ ਜੀ ਵਾਲਿਆਂ ਕੋਲ ਜਾ ਹਾਂ ਭਾਈ ਜੀ ਵਾਲਿਆਂ ਕੋਲ ਜਾ ਮੈਂ ਉਹ ਨਾ ਕੀ ਚਾਹੁੰਦਾ ਚਲੋ ਮਿਲਦੇ ਆ ਚੰਗਾ ਆਹ ਕੀ ਚਾਹੀਦਾ ਦੇਖੀ ਭੋਨੇ ਭਾਈ ਕਹਿੰਦੇ ਮੈਂ ਦੇਖਦਾ ਨਹੀਂ ਕੋਈ ਚਾਬੀ ਤੂੰ ਮੈਨੂੰ ਕੀ ਚਾਹੀਦਾ ਕੁੜੀਆਂ ਦਾ ਪਤਾ ਹੈ ਕੁੜੀਆਂ ਦਾ ਪਤਾ ਹੈ ਮੈਂ ਸਾਰੀ ਖਬਰ ਰੱਖੀ ਦੀ ਆ ਚਲੋ ਭਾਈ ਓਕੇ ਹੈ ਹਾਂ ਹਾਂ ਸਹੀ ਹੈ ਵੈਸੇ ਤੇ ਹੈਪੀ ਵੀਰ ਹਾਂਜੀ ਆਪਾਂ ਵੀ ਸਸਰੀ ਕਾਲ ਮੇਰਾ ਦਿਲ ਬੁਲਾਈ ਦਈਏ ਕਿਉਂਕਿ ਕੋਈ ਚੱਕ ਹੋਰ ਹੋਰ ਗੱਲਬਾਤ ਹੈ ਮੈਂ ਸੋਚ ਲੈਂਦਾ ਇੱਕ ਅੱਧਾ ਟੌਪਿਕ ਤੂੰ ਬੁਲਾ ਦੇ ਚੱਲ ਮੈਂ ਮੈਂ ਸੋਚ ਲੈਂਦਾ ਟੌਪਿਕ ਸੋਚ ਲੈਂਦਾ ਮੈਂ ਕੋਈ ਜੇ ਇੱਕ ਅੱਧਾ ਕੁਝ ਰਹਿੰਦਾ ਹੋਵੇ ਹਾਂ ਸੋਚੋ ਤੁਸੀਂ ਟੌਪਿਕ ਮੈਂ ਇੰਸਟਾਗ੍ਰam ਖੋਲਣਾ ਆਪਣੀ ਮੈਂ ਇੰਸਟਾਗ੍ਰam ਤੇ ਦੇਖ ਕੇ ਤੁਹਾਨੂੰ ਦੱਸਦਾ ਵੀ ਜੇ ਕੋਈ ਆ ਕੋਈ ਆ ਬਿਲਕੁਲ ਬਿਲਕੁਲ ਆ ਸਹੀ ਫਿਰ ਜੇ ਤੂੰ ਬੰਦ ਕਰਕੇ ਜਾ ਮੈਂ ਪੇ ਕਰ ਦਾਂਗਾ ਸਮਾਪਤੀ ഓക്കെ സാരി കാല സാഗാ വേറെ ഓക്കെ ടേക്ക